ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਆਫਟਰਨੂਨ। ਅਤੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਰਾਈਟਿੰਗ ਟਾਸਕ 1। ਮੈਂ ਕਿਰਨਪ੍ਰੀਤ ਕੌਰ ਫਰੋਮ ਈਅਰਲ ਐਜੂਕੇਸ਼ਨ। ਅਤੇ ਆਪਾਂ ਕੱਲ੍ਹ ਰਾਈਟਿੰਗ ਟਾਸਕ 1 ਡਿਸਕਸ ਕੀਤਾ ਸੀ। ਸੋ ਅੱਜ ਆਪਾਂ ਉਹਦੀ ਜਿੰਨੀ ਇਹਦੀ ਬਚੀ ਇਨਫੋਰਮੇਸ਼ਨ ਹੈ ਆਪਾਂ ਉਹਦੇ ਬਾਰੇ ਡਿਟੇਲ 'ਚ ਜਾਵਾਂਗੇ ਐਂਡ ਉਹਦਾ ਸੈਂਪਲ ਆਂਸਰ ਰੀਡ ਕਰਾਂਗੇ। ਸੋ ਕੱਲ੍ਹ ਆਪਾਂ ਰਾਈਟਿੰਗ ਟਾਸਕ 1 ਦੇਖਿਆ ਸੀ ਲਾਈਨ ਗ੍ਰਾਫ, ਐਂਡ ਆਪਾਂ ਸਾਰਾ ਡਿਸਕਸ ਕਰ ਚੁੱਕੇ ਸੀ ਉਹਦੀ ਸਟੇਟਮੈਂਟ ਕੀ ਕਹਿ ਰਹੀ ਸੀ, ਆਪਣਾ ਟਾਸਕ ਕੀ ਆਪਾਂ ਨੂੰ ਕਹਿ ਰਿਹਾ ਸੀਗਾ, ਆਪਾਂ ਸਭ ਕੁਝ ਸਮਝ ਚੁੱਕੇ ਸੀਗੇ। ਨਾਲ ਹੀ ਆਪਾਂ ਰੂਲਸ ਵੀ ਡਿਸਕਸ ਕੀਤੇ ਸੀਗੇ ਕਿ ਆਪਾਂ ਕਿਹੜੇ ਡਿਫਰੈਂਟ ਰੂਲਸ ਦੇ ਨਾਲ ਕਿਸੇ ਵੀ ਟਾਸਕ ਨੂੰ ਬਹੁਤ ਇੰਪ੍ਰੈਸਿਵ ਤਰੀਕੇ ਨਾਲ ਲਿਖ ਸਕਦੇ ਹਾਂ। ਸੋ ਅੱਜ ਆਪਾਂ ਉਹਨਾਂ ਹੀ ਰੂਲਸ ਦੀ ਇੰਪਲੀਮੈਂਟੇਸ਼ਨ ਦੇਖਾਂਗੇ, ਐਂਡ ਨਾਲ ਦੀ ਨਾਲ ਹੋਰ ਕੀ ਵੇਰੀਏਸ਼ਨਸ ਯੂਜ਼ ਕੀਤੀਆਂ ਜਾ ਸਕਦੀਆਂ ਟਾਸਕ ਦੇ ਵਿੱਚ, ਆਪਾਂ ਉਹਦੇ ਬਾਰੇ ਵੀ ਗੋ ਥਰੂ ਹੋਵਾਂਗੇ। ਸੋ ਵੀ ਵਿਲ ਵੇਟ ਫੋਰ ਪੀਪਲ ਤਾਂ ਕਿ ਆਪਾਂ ਅੱਗੇ ਕਨੈਕਟ ਕਰ ਪਾਈਏ ਐਂਡ ਅੱਗੇ ਆਪਣਾ ਜਿਹੜੀ ਵੀ ਕਲਾਸ ਹੈ ਉਹਨੂੰ ਕੰਟੀਨਿਊ ਕਰ ਸਕੀਏ। ਓਕੇ, ਸੋ ਬੰਟੀ, ਹੈਲੋ ਬੰਟੀ। ਸੋ ਤੁਹਾਨੂੰ ਸੇਮ ਸਟਰਕਚਰ ਦਿਖ ਰਹੀ ਹੋਊਗੀ ਜਿਹੜੀ ਆਪਾਂ ਕੱਲ੍ਹ ਡਿਸਕਸ ਕੀਤੀ ਸੀ। ਸੋ ਅੱਜ ਆਪਾਂ ਉਹੀ ਟਾਸਕ 1 ਹੈ ਉਹਨੂੰ ਲਿਖ ਕੇ ਦੇਖਾਂਗੇ, ਉਹਦੇ ਸੈਂਪਲ ਆਪਾਂ ਡਿਸਕਸ ਕਰਾਂਗੇ, ਉਹਦੇ ਵਿੱਚ ਵੇਖਾਂਗੇ ਕਿ ਨਵੀਆਂ ਚੀਜ਼ਾਂ ਕਿਹੜੀਆਂ ਐਡ ਕੀਤੀਆਂ ਆ। ਬਹੁਤ ਸਿੰਪਲ ਤਰੀਕੇ ਦੇ ਨਾਲ ਆਪਾਂ ਇੱਕ ਵਧੀਆ ਟਾਸਕ 1 ਕਿੱਦਾਂ ਲਿਖ ਸਕਦੇ ਹਾਂ ਉਹ ਵੀ ਡਿਸਕਸ ਕਰਾਂਗੇ, ਐਂਡ ਨਾਲ ਦੀ ਨਾਲ ਆਪਾਂ ਜਿਹੜੀ ਸੈਂਟੈਂਸ ਸਟਰਕਚਰ ਯੂਜ਼ ਕੀਤੀ ਸੀਗੀ, ਆਪਣੇ 6 ਰੂਲਸ ਸੀਗੇ ਆਪਾਂ ਉਹ ਯੂਜ਼ ਕਰਾਂਗੇ। ਐਂਡ ਇੱਕ ਦਿਨ ਪਹਿਲਾਂ ਵੀ ਤੁਹਾਨੂੰ ਇੱਕ ਵਰਡ ਸਿਖਾਇਆ ਸੀ ਸਰਪਾਸ, ਐਕਸੀਡ। ਸੋ ਉਹਨਾਂ ਦਾ ਕਿੱਦਾਂ ਯੂਜ਼ ਹੋ ਸਕਦਾ ਆਪਾਂ ਅੱਜ ਉਹਨਾਂ ਦੀ ਇੰਪਲੀਮੈਂਟੇਸ਼ਨ ਨੂੰ ਬਹੁਤ ਧਿਆਨ ਨਾਲ ਚੈੱਕ ਕਰਾਂਗੇ, ਤਾਂ ਕਿ ਆਪਾਂ ਅੱਗੇ ਤੋਂ ਜਦੋਂ ਵੀ ਕੋਈ ਟਾਸਕ ਲਿਖੀਏ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ, ਐਂਡ ਆਪਾਂ ਵੇਰੀਏਸ਼ਨਸ ਦੇ ਨਾਲ ਇੱਕ ਬਹੁਤ ਵਧੀਆ ਟਾਸਕ ਰੀਪ੍ਰੈਜੈਂਟੇਸ਼ਨ ਦੇ ਸਕਦੇ ਹਾਂ। ਮੀਨਾਕਸ਼ੀ, ਗੁੱਡ ਆਫਟਰਨੂਨ ਮੀਨਾਕਸ਼ੀ। ਸੋ ਜੇ ਤੁਹਾਨੂੰ ਇੱਕ ਵਾਰ ਯਾਦ ਹੈ ਤਾਂ ਕੱਲ੍ਹ ਵਾਲੀ ਕਲਾਸ ਦਾ ਸਾਰਾ ਕੁਛ ਰਿਵਾਈਜ਼ ਕਰ ਲਓ, ਜਿੰਨਾ ਵੀ ਆਪਾਂ ਚੀਜ਼ ਪੜ੍ਹੀ ਸੀ ਉਹਨੂੰ ਆਪਣੇ ਮਾਇੰਡ ਦੇ ਵਿੱਚ ਰਿਵਾਈਨ ਕਰ ਲਓ ਕਿ ਆਪਾਂ ਕੀ ਪੜ੍ਹਿਆ ਸੀ, ਤਾਂ ਕਿ ਅੱਜ ਤੁਸੀਂ ਉਹਨੇ ਈਜ਼ੀ ਤਰੀਕੇ ਦੇ ਨਾਲ ਅੱਗੇ ਸਿੱਖ ਸਕੋ ਜੋ ਵੀ ਚੀਜ਼ ਹੈ, ਨਹੀਂ ਤਾਂ ਆਪਾਂ ਨੂੰ ਫਿਰ ਇਹ ਸਾਰਾ ਕੁਛ ਡਿਸਕਸ ਦੁਬਾਰਾ ਕਰਨਾ ਪਏਗਾ। ਸੋ ਜਿੰਨਾ ਵੀ ਕੱਲ੍ਹ ਤੁਸੀਂ ਰੂਲਸ ਨੋਟ ਕੀਤੇ ਸੀ, ਪਲੀਜ਼ ਇੱਕ ਵਾਰ ਰੂਲਸ 'ਤੇ ਵੇਖ ਲਓ ਉਹਨਾਂ ਨੂੰ ਚੰਗੀ ਤਰ੍ਹਾਂ, ਐਂਡ ਜੇ ਤੁਸੀਂ ਇਗਜ਼ਾਮਪਲਸ ਨਾਲ ਪਲੀਜ਼ ਨੋਟ ਕੀਤੀਆਂ ਹੋਣੀਆਂ, ਸੋ ਉਹ ਇਗਜ਼ਾਮਪਲਸ ਨੂੰ ਵੀ ਨਾਲ ਇੱਕ ਵਾਰ ਤੁਸੀਂ ਦੇਖ ਲਓ। ਸੋ ਜਦੋਂ ਤੁਸੀਂ ਇੱਕ ਵਾਰ ਸਾਰਾ ਕੁਛ ਚੈੱਕ ਕਰ ਲਿਆ ਕਿ ਟਾਸਕ ਕਿਹੜੀ ਸੀਗਾ, ਆਪਣੇ ਰੂਲਸ ਕਿਹੜੇ ਕੀਤੇ ਸੀਗੇ, ਤਾਂ ਪਲੀਜ਼ ਮੈਨੂੰ ਲੈਟ ਮੀ ਨੋ ਇਨ ਦ ਕਮੈਂਟ ਸੈਕਸ਼ਨ, ਤਾਂ ਕਿ ਆਪਾਂ ਅੱਗੇ ਕੰਟੀਨਿਊ ਕਰੀਏ ਐਂਡ ਟਾਈਮ ਵੇਸਟ ਨਾ ਕਰੀਏ। ਸੋ ਇੱਕ ਵਾਰ ਮੈਂ ਸਟੇਟਮੈਂਟ ਲਿਖ ਦਿੰਦੀ ਹਾਂ। The graph shows the proportion of population of proportion of population aged 65 and over between 1940 and 2040 in 3 ਕੰਟਰੀਜ਼। ਸੋ ਇਹਦੇ ਵਿੱਚ ਆਪਾਂ ਕਿਹੜੀ ਕਿਹੜੀ ਗੱਲ ਨੂੰ ਧਿਆਨ 'ਚ ਰੱਖਣਾ ਹੈ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ, ਕਿਹੜੀ ਕਿਹੜੀ ਗੱਲ ਕਿ ਸਭ ਤੋਂ ਪਹਿਲਾਂ ਆਪਣਾ ਗ੍ਰਾਫ ਕਿਹੜਾ ਆ ਉਹ ਰੀਪ੍ਰਜੈਂਟ ਕਰਨਾ, ਗ੍ਰਾਫ ਆਪਾਂ ਨੂੰ ਸ਼ੋਅ ਕੀ ਕਰ ਰਿਹਾ ਉਹ ਚੀਜ਼ ਦੱਸਣੀ ਬਹੁਤ ਜ਼ਰੂਰੀ ਹੈ, ਐਂਡ ਕੰਟਰੀਜ਼ ਦੇ ਨੇਮ ਦਿੱਤੇ ਹੋਏ ਆ ਤਾਂ ਕੰਟਰੀਜ਼ ਰੀਪ੍ਰਜੈਂਟ ਕਰਨੀਆਂ ਜ਼ਰੂਰੀ ਹੈ, ਐਂਡ ਲਾਸਟ ਇਜ਼ ਟਾਈਮ ਪੀਰੀਅਡ ਦੇਣਾ ਬਹੁਤ ਜ਼ਰੂਰੀ ਹੈ। ਸੋ ਇੱਕ ਵਾਰ ਆਪਾਂ ਦੇਖ ਲੈਂਦੇ ਹਾਂ ਜਿਹੜਾ ਗ੍ਰਾਫ ਹੈ ਆਪਾਂ ਨੂੰ ਰੀਪ੍ਰਜੈਂਟ ਕਰ ਰਿਹਾ, ਕੀ ਰੀਪ੍ਰਜੈਂਟ ਕਰ ਰਿਹਾ, ਪ੍ਰਪੋਰਸ਼ਨ ਰੀਪ੍ਰਜੈਂਟ ਕਰ ਰਿਹਾ, ਪ੍ਰਪੋਰਸ਼ਨ ਕਿਸ ਚੀਜ਼ ਦਾ, ਪਾਪੂਲੇਸ਼ਨ ਦਾ,
ਉਹ ਪਾਪੂਲੇਸ਼ਨ ਜਿਹੜੀ 65 ਈਅਰਸ ਓਲਡ ਹੈ ਜਾਂ ਉਸ ਤੋਂ ਵੀ ਉੱਪਰ ਹੈ। ਠੀਕ ਹੈ, 65 ਅਤੇ 65 ਤੋਂ ਉੱਪਰ ਵਾਲੇ ਲੋਕਾਂ ਦੀ ਜਿਹੜੀ ਪਾਪੂਲੇਸ਼ਨ ਹੈ ਉਹਦਾ ਪ੍ਰਪੋਰਸ਼ਨ ਆਪਾਂ ਨੂੰ ਰੀਪ੍ਰਜੈਂਟ ਕੀਤਾ ਗਿਆ ਕਾਹਦੇ ਥਰੂ, ਲਾਈਨ ਗ੍ਰਾਫ ਦੇ ਥਰੂ। ਐਂਡ ਤਿੰਨ ਕੰਟਰੀਜ਼ ਹੈ, ਕੰਟਰੀਜ਼ ਕਿਹੜੀਆਂ ਕਿਹੜੀਆਂ ਆ, USA, ਦੈਨ ਸਵੀਡਨ ਐਂਡ ਜਪਾਨ। ਟਾਈਮ ਪੀਰੀਅਡ ਆਪਾਂ ਨੂੰ ਦਿੱਤਾ ਹੋਇਆ, ਟਾਈਮ ਪੀਰੀਅਡ ਫਰੋਮ 1940 ਤੋਂ ਸ਼ੁਰੂ ਹੋਇਆ ਸੀ ਐਂਡ ਐਂਡ ਕਿੱਥੇ ਕਰ ਰਿਹਾ, 2040 ਤੇ ਐਂਡ ਕਰ ਰਿਹਾ। 100 ਈਅਰਸ ਦਾ ਪੀਰੀਅਡ ਆਪਾਂ ਨੂੰ ਦਿੱਤਾ ਹੋਇਆ। ਠੀਕ ਹੈ, ਕਿ 1940 ਦੇ ਵਿੱਚ ਇੰਨੀ ਹੁੰਦੀ ਸੀ, 1960 'ਚ ਇੰਨੀ ਹੁੰਦੀ ਸੀ, 80 ਦੇ ਵਿੱਚ ਇੰਨੀ ਹੁੰਦੀ ਸੀ, 2000 'ਚ ਇੰਨੀ ਹੁੰਦੀ ਸੀ, 2020 'ਚ ਇੰਨੀ ਹੁੰਦੀ ਸੀ। ਐਂਡ ਉਮੀਦ ਕੀਤੀ ਜਾਂਦੀ ਹੈ, ਪ੍ਰੋਜੈਕਸ਼ਨ ਦਿੱਤੀ ਜਾਂਦੀ ਹੈ ਕਿ 2040 ਦੇ ਵਿੱਚ ਜਿਹੜੀ ਓਲਡ ਪੀਪਲ ਦੀ ਪਾਪੂਲੇਸ਼ਨ ਹੈ ਉਹ ਕਿੰਨੀ ਹੋਏਗੀ। ਠੀਕ ਹੈ, ਕਿਮਨਦੀਪ ਹਾਈ, ਓਕੇ। ਸੋ ਇੱਕ ਵਾਰ ਦੇਖ ਲਓ, ਬਲੈਕ ਲਾਈਨ ਇਜ਼ ਆਫ USA, ਰੈੱਡ ਲਾਈਨ ਇਜ਼ ਆਫ ਜਪਾਨ, ਗ੍ਰੀਨ ਲਾਈਨ ਇਜ਼ ਆਫ ਸਵੀਡਨ। ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਹਾਈਲਾਈਟ ਕਰ ਲੈਂਦੇ ਹਾਂ ਚੀਜ਼ਾਂ ਨੂੰ। ਜਪਾਨ 5% ਤੋਂ ਸ਼ੁਰੂ ਹੋਇਆ, ਸਭ ਤੋਂ ਲੀਸਟ ਪ੍ਰਪੋਰਸ਼ਨ ਦੇ ਨਾਲ। US ਇੱਥੇ ਹੈ ਨੀਅਰਲੀ 10 ਐਂਡ ਸਵੀਡਨ ਇਹਨਾਂ ਦੇ ਇਨ ਬਿਟਵੀਨ ਹੈ। ਠੀਕ ਹੈ, ਐਂਡ ਜਪਾਨ ਰਿਹਾ ਸਭ ਤੋਂ ਨੀਚੇ ਹੈ। ਠੀਕ ਹੈ, ਹੁਣ ਦੇਖੋ ਇੱਥੇ ਵੀ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਸਵੀਡਨ ਅਤੇ USA ਵੱਧ ਰਹੇ ਨੇ ਦੋਨੋਂ ਹੀ, ਬਟ ਜਪਾਨ ਇਕੱਲਾ ਜਿਹੜਾ ਇਹਨਾਂ ਦੇ ਓਪੋਜ਼ਿਟ ਚੱਲ ਰਿਹਾ। ਠੀਕ ਹੈ, ਇਹ ਵਿਚਾਰਾ ਇੱਥੋਂ ਸ਼ੁਰੂ ਹੋਇਆ ਐਂਡ ਘੱਟ ਗਿਆ, ਫਿਰ ਘੱਟ ਕੇ ਇੱਕ ਕਰਵ ਲੈ ਕੇ ਇਹ ਕੀ ਹੋਇਆ, ਫਿਰ ਉਸ ਤੋਂ ਬਾਅਦ ਇਹਨੇ ਲਗਾਤਾਰ ਵਧਣਾ ਸ਼ੁਰੂ ਕਰਤਾ। ਐਂਡ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਜਿੱਥੇ US ਅਤੇ ਜਪਾਨ, ਠੀਕ ਹੈ, ਸੋਰੀ US ਅਤੇ ਸਵੀਡਨ, US ਅਤੇ ਸਵੀਡਨ ਜਦੋਂ ਸ਼ੁਰੂ ਹੋਏ ਸੀ ਤਾਂ ਜਪਾਨ ਤੋਂ ਜ਼ਿਆਦਾ ਸੀਗੇ, ਬਟ ਜਿਵੇਂ ਜਿਵੇਂ ਟਾਈਮ ਵੱਧਦਾ ਗਿਆ ਲਾਸਟ 'ਤੇ ਆ ਕੇ US ਅਤੇ ਸਵੀਡਨ ਵਿਚਾਰੇ ਥੱਲੇ ਰਹਿ ਗਏ, ਬਟ ਜਪਾਨ ਇਹਨਾਂ ਦੋਵਾਂ ਨੂੰ ਪਿੱਛੇ ਛੱਡ ਕੇ ਆਪ ਅੱਗੇ ਲੱਗ ਗਿਆ। ਠੀਕ ਹੈ, 2040 ਤੱਕ ਜਪਾਨ ਜਿਹੜਾ ਸ਼ੁਰੂ ਹੋਇਆ ਸੀ ਸਭ ਤੋਂ ਲੀਸਟ ਪ੍ਰਪੋਰਸ਼ਨ 'ਤੇ, ਉਹ ਐਂਡ ਅਪ ਕਿੱਥੇ ਕੀਤਾ, ਸਭ ਤੋਂ ਜ਼ਿਆਦਾ ਪ੍ਰਪੋਰਸ਼ਨ 'ਤੇ ਜਾ ਕੇ ਐਂਡ ਕੀਤਾ। US ਅਤੇ ਸਵੀਡਨ ਜਪਾਨ ਤੋਂ ਜ਼ਿਆਦਾ ਸੀ ਜਦੋਂ ਸ਼ੁਰੂ ਹੋਏ ਸੀ, ਬਟ ਐਂਡ ਤੱਕ ਜਾਂਦੇ ਜਾਂਦੇ ਜਪਾਨ ਤੋਂ ਥੋੜ੍ਹੇ ਰਹਿ ਗਏ। ਠੀਕ ਹੈ, ਫਾਈਨ, ਸਮਝ ਲੱਗ ਗਈ ਆ, ਤਾਂ ਪਲੀਜ਼ ਬੀ ਐਕਟਿਵ ਇਨ ਦਾ ਕਮੈਂਟ ਸੈਕਸ਼ਨ, ਰਿਪਲਾਈ ਕਰਨਾ ਨਾ ਭੁੱਲਿਓ, ਤਾਂ ਕਿ ਆਪਾਂ ਬਿਨਾਂ ਕੋਈ ਟਾਈਮ ਵੇਸਟ ਕੀਤੇ ਅੱਗੇ ਜਾਂਦੇ ਰਹੀਏ। ਜਲਦੀ ਜਲਦੀ ਆਪਾਂ ਟਾਸਕ ਕਵਰ ਕਰਨ ਦੀ ਕੋਸ਼ਿਸ਼ ਕਰੀਏ ਐਂਡ ਟਾਈਮ ਨਾ ਵੇਸਟ ਕਰਦੇ ਹੋਏ ਹਰ ਰੋਜ਼ ਡਿਫਰੈਂਟ ਟਾਸਕ ਕਰੀਏ। ਠੀਕ ਹੈ, ਸੋ ਇੰਨਾ ਤੁਹਾਨੂੰ ਸਮਝ ਆ ਗਿਆ ਹੋਣਾ, ਆ ਲਿਖਿਆ ਹੋਇਆ ਫਿਰ ਵੀ ਆਪਾਂ ਨੂੰ ਹੈਡਿੰਗ ਦਿੱਤੀ ਹੋਈ ਹੈ, ਪ੍ਰਪੋਰਸ਼ਨ ਆਫ ਪਾਪੂਲੇਸ਼ਨ ਏਜਡ 65 ਈਅਰਸ ਐਂਡ ਓਵਰ। ਸੀਗੇ 65 ਵਾਲੇ ਵੀ ਇਨਕਲੂਡ ਹੈ ਐਂਡ ਓਵਰ ਵਾਲੇ ਵੀ ਇਨਕਲੂਡ ਹੈ। ਸੋ ਲੁੱਕ, ਹੁਣ ਆਪਾਂ ਜਾਂਦੇ ਹਾਂ ਰੂਲਸ 'ਤੇ। ਠੀਕ ਹੈ, ਰੂਲਸ ਤਾਂ ਜਦੋਂ ਆਪਾਂ ਲਿਖ ਸਕਦੇ ਦੇਅਰ ਵਾਜ ਏ ਕੰਟੀਨਿਊਸ ਰਾਈਜ਼, ਠੀਕ ਹੈ, ਜਾਂ ਫਿਰ ਦੇਅਰ ਵਾਜ ਏ ਸ਼ਾਰਪ ਇਨਕਲਾਈਨ, ਦੇਅਰ ਵਾਜ ਏ ਸਲਾਈਟ ਡਿਕਲਾਈਨ, ਇੱਦਾਂ ਯੂਜ਼ ਕਰਾਂਗੇ, ਜਾਂ ਫਿਰ ਦ ਪ੍ਰਪੋਰਸ਼ਨ ਆਫ ਪੀਪਲ, ਜਾਂ ਫਿਰ ਦ ਪ੍ਰਪੋਰਸ਼ਨ ਆਫ ਓਲਡ ਪੀਪਲ ਡਿਕਰੀਜ਼ਡ ਸ਼ਾਰਪਲੀ, ਡਿਕਰੀਜ਼ਡ ਕੰਸੀਡਰੇਬਲੀ। ਠੀਕ ਹੈ, ਵਰਡ ਸਿਲੈਕਸ਼ਨ ਬਹੁਤ ਵਧੀਆ ਰੱਖਿਓ, ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਲਿਖੋਗੇ ਵਰਡ ਸਿਲੈਕਟ ਕਿੱਦਾਂ ਕਰਨੇ ਆ, ਤੁਹਾਨੂੰ ਧਿਆਨ ਨਾਲ ਆਉਣੇ ਚਾਹੀਦੇ ਆ ਕਿੱਥੇ ਕਿਹੜੀ ਲਾਈਨ ਮੇਰੀ ਕਿੰਨੇ ਲੈਵਲ ਦੀ ਹੈ। ਠੀਕ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਐਂਡ ਉਹਦੇ ਅਕੋਰਡਿੰਗ ਤੁਸੀਂ ਕਿਹੜਾ ਵਰਡ ਲਿਖਣਾ ਉਹਦੇ 'ਤੇ ਵੀ ਧਿਆਨ ਰੱਖਣਾ। ਠੀਕ ਹੈ, ਸੋ ਫੋਰ ਐਗਜ਼ਾਮਪਲ ਆਫਟਰ ਪਲੱਸ V1 ਫਸਟ ਫੋਰਮ, ਠੀਕ ਹੈ, ਆਫਟਰ ਦੇ ਨਾਲ ਆਪਾਂ ਕੀ ਕੀਤਾ, ਫਸਟ ਫੋਰਮ ਆਫ ਵਰਬ ਯੂਜ਼ ਕੀਤੀ ਹੈ, ਨਾਲ ING ਯੂਜ਼ ਕੀਤੀ ਹੈ, ਵਰਬ ਦੀ ਫਸਟ ਫੋਰਮ ਦੇ ਨਾਲ ਆਪਾਂ ING ਇਸ ਕਰਕੇ ਯੂਜ਼ ਕੀਤੀ ਹੈ ਕਿਉਂਕਿ ਆਫਟਰ ਪ੍ਰੈਪੋਜ਼ੀਸ਼ਨ ਹੈ। ਠੀਕ ਹੈ, ਇੰਗਲਿਸ਼ ਦੀ ਪ੍ਰੈਪੋਜ਼ੀਸ਼ਨਸ ਦੇ ਵਿੱਚ ਜਿਹੜੇ ਪ੍ਰੈਪੋਜ਼ੀਸ਼ਨਸ ਆ ਉਹਨਾਂ ਤੋਂ ਬਾਅਦ ਆਪਾਂ ਵਰਬ ਦੀ ਫਸਟ ਫੋਰਮ ਦੇ ਨਾਲ ING ਯੂਜ਼ ਕਰਦੇ ਹਾਂ। ਸੋ ਆਫਟਰ ਦੇ ਨਾਲ ਆਪਾਂ ਵਰਬ ਦੀ ਫਸਟ ਫੋਰਮ ਪਲੱਸ ING ਯੂਜ਼ ਕੀਤੀ ਹੈ। ਇਹ ਸੇਮ ਚੀਜ਼ ਤੁਸੀਂ ਦੇਖ ਸਕਦੇ ਹੋ ਆਪਣੇ ਨੈਕਸਟ ਰੂਲ ਦੇ ਵਿੱਚ, ਜਿਹਦੇ ਵਿੱਚ ਆਪਾਂ ਕੀ ਕੀਤਾ, ਬਿਫੋਰ ਦੇ ਨਾਲ ING ਯੂਜ਼ ਕੀਤੀ ਹੈ। ਓਕੇ, ਸੋ ਇੱਕ ਵਾਰ ਯਾਦ ਰੱਖਿਓ ਕਿ ਆਪਾਂ ਆਫਟਰ ਦੇ ਨਾਲ ING ਯੂਜ਼ ਕਰਤੀ ਹੈ, ਫਿਰ ਬਿਫੋਰ ਦੇ ਨਾਲ ਵੀ ਆਪਾਂ ING ਯੂਜ਼ ਕੀਤੀ ਹੈ। ਠੀਕ ਹੈ,
क्योंकि प्रेपोजिशंस बोले जाता है इन्हों आफ्टर प्लस वी वन प्लस आई एन जी बिफोर प्लस वी वन प्लस आई एन जी ठीक है तो प्रेपोजिशंस देख सकते हो आफ्टर बिफोर फोर ऑन इन बाय एट ये सारिया प्रेपोजिशंस होंदी हैं इन्हों तो बाद वर्ब की फर्स्ट फॉर्म के आई एन जी अपन यूज करनी पैंती है या फिर कोई नाउन चाहिए होंगे अपन ठीक है बट ए रूल्स के अकॉर्डिंग आप वर्ब की फर्स्ट फॉर्म के आई एन जी यूज कर रहे हैं ठीक है वर्ब की फर्स्ट फॉर्म फर्स्ट फॉर्म ऑफ वर्ब वी वन प्लस आई एन जी एंड दैन ए एंड सिलेक्ट करना है एडजेक्टिव अपना ऑप्शनल है मर्जी है अपनी नाउन ठीक है आप भी लिख सकते हैं आफ्टर शोइंग ए एडजेक्टिव कर दो आफ्टर शोइंग ए डिक्रीज ठीक है एक डिक्रीज शो करने तो बाद जे आप लिखना है कोई डिक्रीज किदा का आप भी एडजेक्टिव के थ्रू आप विशेषता देवे आफ्टर शोइंग ए शार्प डिक्रीज या फिर आफ्टर शोइंग ए स्लाइट डिक्रीज ये थ्रू आप यूज करा किड़े अकॉर्डिंग आप रूल लिखना है एडजेक्टिव कट्टिया भी जा सकता है ठीक है आफ्टर शोइंग ए डिक्रीज कौमा ठीक है कौमा लाना जरूरी है क्यों क्योंकि आप इन्नी चीज़ में फ्रेज बना के रीप्रजेंट कर रहे हैं एक कंप्लीट सेंटेंस नहीं है ये फ्रेज है यदा मतलब हमेशा अधूरा रहेगा ठीक है एक डिक्रीज फॉलो करन तो बाद ठीक है इस तो बाद जो आप पंजाबी पढ़ के देखते तो लाइन अधूरी लगती है इनू एक होर सेंटेंस की लोड़ है ताकि ये अपने आप को पूरा कर सके ठीक है अपने मतलब को पूरा कर सके तो एक डिक्रीज फॉलो करन तो बाद जो नंबर है की है फॉर एग्जाम्पल द प्रपोर्शन ऑफ पॉपुलेशन डिक्रीज शार्पली मीनस आफ्टर जित आप गल कर रहे हैं थोड़ा जहा वधन तो बाद इसने की किया एक डिकलाइन फॉलो किया बहुत शार्प डिकलाइन यही जो आप बिफोर की फॉर्म के यूज करना है दिस ठीक है हम एक थोड़ा जहा इनकलाइन फॉलो करने तो बाद होया शार्पली डिग गया तो इदा ही जो आप बिफोर च यूज करेंगे आप कहेंगे बिफोर डिकलाइनिंग ठीक है बिफोर डिकलाइनिंग मीनस बिफोर की पंजाबी होगी पहला तो डिकलाइन होने तो पहला इट इनक्रीज ठीक है डिगन तो पहला यह वध्या सी तो इस अकॉर्डिंग जो आफ्टर के अकॉर्डिंग लिखना था आफ्टर इनक्रीजिंग इट डिक्रीज ठीक है वधन तो बाद डिग गया तो इस तरीके बिफोर तो आफ्टर के यूज होंगे एको ही ट्रेंड नू रीप्रजेंट कर लिया आप आफ्टर या बिफोर दोनों कोई एक सेंटेंस यूज कर सकते हैं बस ध्यान च रखना है कि पहला की होया तो बाद च की होया ठीक है आफ्टर बिफोर दोनों के मतलब के फर्क है तो आपको पता होना चाहिए कि जो आप ट्रेंड भी रीप्रजेंट करा तो फर्क तो होना ही है ठीक है जी ओके सो फिफ्थ रूल विद ए या एन एडजेक्टिव प्लस नाउन कि चीज के नाल आप कहेंगे इन आप इदा लिख सकते हैं विद ए शार्प इनकलाइन एक बड़ी तेजी वाले वाधे दे नाल द प्रपोर्शन ऑफ पीपल ठीक है जब प्रपोर्शन ऑफ पीपल रीच्ड एट केड़ी पोजिशन से पहुँच गया आप लिख सकते हैं ठीक है हुण इत्थे जे अकॉर्डिंग लगता कि इत्थे वर्ब ते एडवर्ब फिट नहीं बैठ रहे तो आप नॉर्मली जे जो कोई सेंटेंस बनावांगे उहदी पंजाबी बना के देखांगे कि वह सूट कर रही है कि नहीं कर रही ठीक है तो विद ए शार्प इनकलाइन एक शार्प इनकलाइन के नाल द प्रपोर्शन ऑफ पीपल रीच्ड हुण जो वैसे भी आप रीच वर्ड यूज करते हैं तो रीच के नाल आप यूज नहीं करते रीच इनक्रीज तो ला नहीं सकते तो वो रीच की पंजाबी होंगी है पहुँच गया कितने पहुँच गया तो अगर आपको एग्जैक्ट प्रपोर्शन देना पैदा होंगे तो आप इस रूल इदा यूज करा दैन हैविंग प्लस वी थ्री प्लस एडवर्ब मीनस हैविंग एग्जाम्पल दे दें फॉल फैल फॉलन फॉल होंगे डिगना तो फॉल फैल मीनस डिग गया एंड फॉलन थर्ड फॉर्म है इतना आप कि फॉर्म यूज करनी है थर्ड फॉर्म यूज करनी है आप कि लिखा हैविंग फॉलन शार्पली यदि पंजाबी निकली कि शार्पली एक बार शार्पली डिग के आप कहें हैविंग फॉलन शार्पली टिल 2000 तक एक तेजी नाल डिग के द प्रपोर्शन ऑफ पीपल रीच्ड एट परसेंटेज दे देंगे ठीक है एक तेजी नाल डिग गया कोई प्रपोर्शन है वह बहुत तेजी नाल डिग गया 2000 तक एंड रीच्ड एट किन्ने ते पहुँच गया आप दस देंगे हैविंग फॉलन considerably या having fallen sharply कौमा यही आप चेंज कर सकते हैं जो वध्या होया तो आप कहेंगे having increased sharply जे वो हौली हौली वध्या तो आप slightly भी लिख सकते हैं having increased slightly तो थर्ड फॉर्म यूज होनी है
विद हैविंग। ठीक है, हैविंग जो आप थर्ड फॉर्म यूज करते हैं वो पंजाबी निकलती है कोई काम करके या होके, तो के दी सेंस आएगी पिछे। फॉर एग्जाम्पल, हैविंग ड्रंक वाटर आई वेंट टू द मार्केट, पानी पी के मैं बाजार गई, पानी पी के। हैविंग डन माई फूड आई वेंट फॉर अ वॉक, खाना खा के मैं वॉक ली गई। हैविंग डन माई फूड, ठीक है, इतने भी उही गल होगी। हैविंग इनक्रीज शार्पली, बहुत तेजी नाल वध के। द प्रपोर्शन ऑफ पीपल स्टूड एट इन्ने प्रपोर्शन या रीच्ड एट इन्ने प्रपोर्शन, आप इदा यूज कर सकते हैं। ठीक है, सो जो डाउट है प्लीज जल्दी दस दो, फिर आप टास्क डिस्कस करिए। जो थो रूल्स आई रूल देखा होगा नवा लग रहा होगा तो तुम पूछ लो जो थो लगती है प्रॉब्लम। प्लीज लेट मी नो जो थो समझ आ गई है, तमें मैंने दस दो कि मैम समझ लग चुकी है। जो थो नहीं समझ लगी तो प्लीज़ मैंने दोबारा पूछ लो, क्योंकि क्लीयर करने डाउट्स आप क्लीयर करने लिए बैठे हैं, तो पूछना ना भुलो। कोई भी डाउट है हमें पूछ लो। देख लो मैं एग्जिट कर लगी हाँ, जो थोड़ा डाउट है तो प्लीज जल्दी से जल्दी पूछ लो, नहीं तो तुम रह जाओगे तो मैं एग्जिट कर देना, नैक्सट पेज से चले जावे आप। जल्दी करो जल्दी, जो क्लीयर ने तो भी दस दो कि मैम सारे डाउट्स क्लीयर ने, सू समझ आ गए हैं, रूल समझ लग गया, आप टास्क डिस्कस करिए फिर। ओके मनदीप, हैविंग वाला दोबारा दस दिनी हाँ। यस, हैविंग द रूल, हैविंग द रूल अपने कोल हैविंग प्लस वी थ्री प्लस एडवर्ब, एडवर्ब होंगी है आप शार्पली है तुसी स्लाइटली कंसीडरेबली नोटिसेबली सिग्निफिकेंटली ये सब यूज करते होंगे, तो इन्हों का मतलब आप दसते हाँ कि ट्रेंड की स्पीड की है। ठीक है, सो इतें हम दसांगे आप हैविंग ते वी थ्री का की मतलब निकलता है। मैं पहले भी एग्जाम्पल्स बोल के दसियां सीगियां, हैविंग डन माई फूड ये पंजाबी निकलती है खाना खा के। ठीक है, हुण जे मैं बोलूँगी क्लास क्लास ला के मैं घर जाऊँगी, सो हैविंग अटेंडेड द क्लास आई विल गो टू माई होम। ठीक है, क्लास अटेंड करके मैं आपके घर जावांगी। या हैविंग रिटन द सैंपल मीन सैंपल लिख के आई विल गो फॉर द क्लास, मैं क्लास ले जावांगी। तो कोई काम करके यह चीज़ होगी। ठीक है, इदा आप लिख दी आप एवं इदा भी कह सकते कि फलाना काम करके मैं आह काम किया, पहला भी हो सकता पास्ट विच भी हो सकता या फिर मैं आ करके आ कर रही हाँ, प्रेजेंट भी हो सकता या फिर मैं आ करके आह करांगी फ्यूचर भी हो सकता। सो इतने आप सेम ही चीज़ यूज की है बच्चे। ओके, सो गुड आफ्टरनून अर्श, इतने आप सेम ही चीज़ यूज की हैविंग प्लस वी थ्री, आप बोलेंगे प्रपोर्शन बड़ी तेजी नाल वध के। ठीक है, इन्ने टाइम तो लैके इन्ने टाइम तक प्रपोर्शन बहुत तेजी नाल वध के इस पोजिशन से चला गया, आप इदा या चला गया या चला गया सी या चला गया है या चला जाएगा, इदा लिखेंगे। तो इतने की लिखना हूँ फिर रूल के अकॉर्डिंग, हैविंग जे तो वह वध्या तो आप लिखेंगे हैविंग इनक्रीज्ड, हूँ दस दो कि हौली हौली वध्या कि तेजी नाल वध्या, तो स्लाइटली मैं स्लैश पा दिनी हाँ ताकि थानू चूज कर लो तुसी जिदा भी थोड़ा ट्रेंड होगा। मैं इनक्रीज के नाल भी स्लैश पा के आप डिक्रीज भी लिख दें, क्योंकि ट्रेंड कोई भी हो सकता है। आप की लिखे हौली हौली घट के या हौली हौली वध के या फिर तेजी नाल वध के या तेजी नाल घट के, जिहड़ा प्रपोर्शन है द प्रपोर्शन जिहड़ा हैगा रीच्ड एट, जिन्ना प्रपोर्शन ते पहुँच गया आपां उत्थे उन्ना प्रपोर्शन दे देना। ठीक है, या फिर यह भी कह सकते हैं कि इन्ने तो इन्ने टाइम पीरियड तक कॉन्सटेंट रह के यह इनक्रीज कर गया, फिर आप इदा लिख देंगे। फिर आप किवें लिखेंगे, हैविंग रिमेन्ड कॉन्सटेंट
टिल 2020 तक कॉन्सटेंट रह के द प्रपोर्शन फॉलोड ए कॉन्टीन्यूअस इनक्लाइन, फिर इनके किया एक लगातार वाला वादा फॉलो किया, ठीक है। सो उम्मीद कर दी थोड़ी समझ आ गई होगी। प्लीज़ हूँ भी जो कोई डाउट रह गया जल्दी जल्दी पूछ लो ताकि आप डिस्कस करके अगे चलीए। ऋषभ कुमार, हाँ जी आप रूल समझ के अगे मूव करते हैं जी, थैंक यू सो मच। चलो फिर जल्दी जल्दी दसो जो थानू समझ आ गया तो फिर आप अगे मूव करिए। हैविंग लर्नड फॉर्मूलास, यस फॉर्मूला लर्न करके आप अगे मूव करते हैं। जल्दी दसो जल्दी जो थानू कोई प्रॉब्लम है, मैं कमेंट सैक्शन देख रही हाँ, हमने दस दो जो कि प्रॉब्लम रह गई आप जल्दी डिस्कस करके अगे चलीए। जे रूल्स तुसी नोट नहीं किते ता एक काम कर लो, जे तुसी लेजी हो ता पहला काम तो लेजीनेस ही दूर करनी पैनी है। एंड नेक्स्ट काम की है, जे तुसी लिखना नहीं चाहते तो प्लीज़ स्क्रीनशॉट ले लो एंड बाद थोड़े काम आ जाएंगे, जो भी थोड़े को टाइम होया जी उदो तुसी लिख लियो इन्हें अपनी नोटबुक्स के उत्ते। ठीक है, दस दो जी जल्दी जल्दी कि मैम क्लीयर हो गया, हम आप अगे चलीए अगला डिस्कस कर दिया सैंपल। जल्दी दसो, देख तो सारे रहे हो बट रिप्लाई नहीं कर रहे तुसी। राजप्रीत, हाँ जी कर दें जी बिफोर वाला रूल रिपीट, बिफोर प्लस फर्स्ट फॉर्म ऑफ वर्ब नाल आई एन जी ए या एन आप अपने आप चूज करना है, क्यों कते डिपेंड करूगा वो वॉवल ते कॉन्सोनेंट ते डिपेंड करूगा कि आप वॉवल लिख रहे हैं कि कॉन्सोनेंट लिख रहे हैं जी, ठीक है। एडजेक्टिव अपनी मर्जी है आप लाना है कि नहीं लाना, एंड फिर आप यूज करना है नाउन। हुण एक फिर स्ट्रक्चर ड्रॉ करके दिनी हाँ, देखो ठीक है। हुण मैं थोड़े सामने एक स्ट्रक्चर ड्रॉ की है, ये इन्नी पॉइंट तो लैके इन्नी पॉइंट तक चीज जिहड़ी है कॉन्सटेंट है, एंड कॉन्सटेंट रहन तो पहला वो बहुत डिगी सी, ठीक है, शार्पली डिक्रीज हुई है फिर कॉन्सटेंट रही है। अपन पता लग गया पहला तो वो डिक्रीज हुई है, ठीक है, पहला नंबर की हुई है डिक्रीज हुई है, उस तो बाद कॉन्सटेंट रही है, ठीक है। हुण आपां किवें लिखांगे, मान लो हुण हुण पहला कॉन्सटेंट रही है, सॉरी पहला यह डिक्रीज हुई है फिर कॉन्सटेंट रही है, अपन पता लग गया फर्स्ट थिंग यह हुई है सेकेंड थिंग यह हुई है, ठीक है। हम आप लिखा कि मान लो इतने ईयर देता 2000, हम दे 2006 तक यह रही है कॉन्सटेंट, आप लिखा 2000 तो लैके 2006 तक कॉन्सटेंट रहन तो पहला, बिफोर का मतलब की होंगे पहला, तो 2000 तो लैके 2006 तक कॉन्सटेंट रहन तो पहला जिहड़े भी आपां प्रपोर्शन की गल कर रहे हैं वह प्रपोर्शन ने एक शार्प डिकलाइन फॉलो किया सी, ठीक है, कॉन्सटेंट रहन तो पहला, कॉन्सटेंट रहन तो पहला ही की होया डिकलाइन होया, बट जे ही आफ्टर द फॉर्म च लैके जाना तो आप लिखांगे डिकलाइन होने तो बाद यह कॉन्सटेंट रहा सी। इन थोड़ा जिहा समझन की गल है, आफ्टर कितने यूज करना है बिफोर कितने यूज करना है, थोड़ी जी कॉम्प्लैक्स हो सकती है चीज़, बट ये थोड़ा पहला भी कहा रिसर्च करनी बहुत जरूरी है, हर एक लाइन की ट्रांसलेशन पंजाबी च बनाओ ट्रेंड नाल मैच करो फिर ही उसकी ट्रांसलेशन करो इंग्लिश दे विच, तां कॉन्सटेंट रहन तो पहला डिक्रीज होया सी, डिक्रीज होने तो बाद च कॉन्सटेंट रहा सी, ठीक है, बाद ते पहला बिफोर एंड आफ्टर। हुण बिफोर रिमेनिंग क्यों कॉन्सटेंट रहन तो पहला डिकलाइन होया, तो पहला कि कॉन्सटेंट रहन तो पहला एक अपना सेंटेंस कनैक्ट हो रहा है कॉन्सटेंट रहन तो पहला, ये इन्ना सेंटेंस कनैक्ट हो रहा, तो बिफोर रिमेनिंग कॉन्सटेंट या फिर बिफोर फॉलोइंग ए
ठीक है, बिफोर शोइंग ए, इदा भी बिफोर फॉलोइंग ए, बिफोर शोइंग ए, चेता रखना है फर्स्ट फॉर्म ऑफ वर्ब के नाल आई एन जी होनी चाहिए है, बिफोर शोइंग ए या बिफोर फॉलोइंग ए कॉन्सटेंट ट्रेंड, ठीक है, कॉन्सटेंट ट्रेंड फॉलो करने तो पहला द प्रपोर्शन ऑफ पीपल डिक्रीज्ड स्लाइटली, सॉरी शार्पली, की होया कॉन्सटेंट ट्रेंड तो पहला जिहड़ा लोगों का प्रपोर्शन सी वह शार्पली डिग्गया सी, इदा करके यूज करना है जी बिफोर। ओके हुण हो गया डाउट क्लीयर, तो आप अगे सैंपल डिस्कस करते हैं, नहीं तो वी विल बी वेरी लेट एंड अपना सैंपल इन बिटवीन रह जाएगा। सो आप आ गए इंट्रोडक्शन से, सो अपना राइटिंग टास्क की कहना सी प्रपोर्शन दिता हुआ सी, प्रपोर्शन किन्ना दा पॉपुलेशन दा, पॉपुलेशन केड़ी सी 65 एंड ओवर एज दी पॉपुलेशन सी, तीन कंट्रीज दे विच यूएसए स्वीडन जापान एंड ईयर्स 1940 तो 2040। तो इंट्रोडक्शन देखो, द लाइन ग्राफ डेमोन्स्ट्रेट्स द प्रपोर्शन ऑफ एज्ड पॉपुलेशन, अपना लाइन ग्राफ है डेमोन्स्ट्रेट अपना शो की जगह पर यूज किया ग्राफ एक क्या तो शो जो होगा उसके नाल एस लगेगी वर्ब के नाल सिंगुलर सब्जेक्ट विद सिंगुलर वर्ब, तो द लाइन ग्राफ डेमोन्स्ट्रेट्स द लाइन ग्राफ शोज, शोज की जगह पर आप वर्ड कि यूज किया डेमोन्स्ट्रेट्स यूज किया, द ग्राफ द लाइन ग्राफ डेमोन्स्ट्रेट्स द प्रपोर्शन ऑफ, हुण प्रपोर्शन भी दसता कि अपना लाइन ग्राफ प्रपोर्शन दस रहा है, प्रपोर्शन किन्ना दा दस रहा है वह भी आप दस चुके हैं, प्रपोर्शन दस्या किन्ना दा एज्ड पॉपुलेशन दा, एज्ड पॉपुलेशन है ऑफ थ्री डिफरेंट कंट्रीज, तीन डिफरेंट कंट्रीज दिया नेमली नाम की है उन्होंने डिफरेंट कंट्रीज दे, द यूएसए स्वीडन एंड जापान, इतने जापान रह गई है जस्ट अ मिनट, एंड जापान एंड प्रोजेक्टेड फिगर्स केड़िया हो गई 2040, अपन पता है 2040 दिता होया है तो 2040 फ्यूचर च हजे आना, तो उसके लिए आप कुछ चीज़ें यूज कर से करते होंगे कि एसटीमेटेड है या फिर यह प्रोजेक्टेड आ, यदि उम्मीद की गई है इदा होगा या यदि एक्सपैक्टेशन है इदा होगा, ठीक है, एक्सपैक्टेड लग जाता हों, प्रोजेक्टेड लग जाता हों, एंटीसपेटेड लग जाता हों, ठीक है, ये वर्ड्स लग सकते हैं, तो इतने पर लिखता प्रोजेक्टेड फिगर्स ने मीनस ये फ्यूचर के एसटीमेशन की गई है वो फिगर्स ने टिल हों तक कितों तक तक कितों तक 2040 तक, इस आप सब कुछ कवरअप कर चुके हैं, ग्राफ केड़ा है ये भी कवरअप करता है, ग्राफ रीप्रजेंट कर रहा है ये भी कवरअप करता है, ठीक है, तीन डिफरेंट कंट्रीज है यह भी आप कवरअप कर चुके हैं, टाइम पीरियड की है ये भी कवरअप कर चुके हैं, ठीक है, एक मिनट इतने लिख लो, नेमली द यूएसए स्वीडन एंड जापान फ्रॉम 1940, इतने लिख लो, मैं बोल दिया तुसी नोटबुक ते लिखो, द लाइन ग्राफ डेमोन्स्ट्रेट्स, जल्दी करो बच्चे अपनी नोटबुक ते नोट करो नाल दी नाल, द लाइन ग्राफ डेमोन्स्ट्रेट्स द प्रपोर्शन ऑफ एज्ड पॉपुलेशन, लिखो लिखो, द लाइन ग्राफ डेमोन्स्ट्रेट्स द प्रपोर्शन ऑफ एज्ड पॉपुलेशन ऑफ थ्री डिफरेंट कंट्रीज नेमली द यूएसए स्वीडन एंड जापान, namely the USA, Sweden and Japan from 1940 and projected figures for 2040. A line hi dobara likh dinni hai main, USA, Sweden and Japan from 1940 and projected figures till 2040. हुण तुहानूं कन्फ्यूजन नहीं होगी, देख लो जल्दी जल्दी, फिर आपां मूव करिए अगे, छेती करो, द लाइन ग्राफ डेमोन्स्ट्रेट्स द प्रपोर्शन ऑफ एज्ड पॉपुलेशन ऑफ थ्री डिफरेंट कंट्रीज नेमली द यूएसए स्वीडन एंड जापान फ्रॉम 1940 एंड प्रोजेक्टेड फिगर्स टिल 2040, समझ लग गई तो जल्दी जल्दी कमेंट करो कि मैम पता लग गया या बीपी वाल चलिए।
रेगुलर स्टूडेंट्स मीनाक्षी बलजीत कौर नहीं आया अज राजप्रीत बंटी सर जल्दी करो रिप्लाई करो जो तुम अटेंड कर रहे हो ताकि पता लगे तो आप अगे मूव करिए जो बच्चे बाकी बच्चे हो भी प्लीज़ जल्दी जल्दी कमेंट सैक्शन के रिप्लाई करो ताकि थोड़े भी नाम पता लग सकन कि तुम भी रोज़ क्लास अटेंड कर दो गुड आफ्टरनून बलजीत थोड़ा नाम लिया से तुम जल्दी जल्दी आ गए थैंक यू सो देखो जल्दी आप टास्क डिस्कस कर रहे हैं कल वाला जोड़ा आप टास्क वन देखे एंड अज आप डिस्कशन कर रहे हैं थोड़ा नाम लिया से असी थोड़ा नहीं पता लग्या था तो प्लीज़ डेली क्लास अटेंड करा करो कोई भी क्लास मिस ना करा करो जी ओके राजप्रीत इंट्रोडक्शन बन गई है आप हम बीपी वाल देखते हैं ओके बीपी भी तुम देख लो हाँ जी ओके विद रिगार्ड्स टू द यूएसए एंड स्वीडन अब सब तो पहला विद रिगार्ड्स टू यूज किया आप की क्या है कि जे यूएसए ते स्वीडन दे बारे गल करिए इन्हों दे रिगार्डिंग इन्हों दे बारे गल करिए ठीक है विद रिगार्ड्स टू आप भी दस सकते कि जे आप फलाने ईयर बारे गल करिए आप भी ले सकते हैं विद रिगार्ड्स टू 1940 ठीक है कनैक्टर जोड़ा तुम चीज देख सकते हो विद रिगार्ड्स टू यूज किया विद रिगार्ड्स टू का रिगार्डिंग द यूएसए दे रिगार्डिंग एंड स्वीडन दे रिगार्डिंग ठीक है यूएसए दे रिगार्डिंग ते स्वीडन दे रिगार्डिंग आप गल की थी है इतने आप ईयर भी लिख सकते हैं जे इतने कंट्रीज का नाम ना होंदा आप ईयर तो शुरू करना होंदा तो आप स्टार्टिंग ले सकते विद रिगार्ड्स टू 1940 कॉमा इतने गल कर सकते सी सो विद रिगार्ड्स टू द यूएसए एंड स्वीडन यूएसए ते स्वीडन दे रिगार्डिंग गल करिए द प्रपोर्शन ऑफ ओल्ड पीपल आपको पता सी जी एज की पॉपुलेशन की आप गल कर रहे हैं वो किन्ने साल की है 65 एंड ओवर ने ठीक है आप उन्होंने गल कर रहे हैं तो उन्होंने आप ओल्ड पीपल कहता है आप क्या यूएसए तो स्वीडन के रिगार्डिंग जो गल करिए उन्होंने प्रपोर्शन प्रपोर्शन कि ओल्ड पीपल का प्रपोर्शन स्टार्टड शुरू होया कितों होया स्टार्टड फ्रॉम नीयरली लगभग कितों शुरू होया 10 and 7 ठीक है प्रपोर्शन है शुरू कितों होया 10 to 7 तो हुण पता किवें लगेगा 10 किहदे लई है 7 किहदे लई है तो 10 इज फॉर यूएसए एंड फॉर स्वीडन इट इज 7 आप सीकुएंस के हिसाब से चलते होंने हमेशा जी चीज़ की आप पहला गल कर रहे होंगे वह प्रपोर्शन भी पहला आऊगा जी चीज़ की बाद गल करांगे जी वह प्रपोर्शन भी बाद आऊगा सीकुएंस का ध्यान रखना है सो द प्रपोर्शन ऑफ ओल्ड पीपल स्टार्टड फ्रॉम नीयरली 10 and 7 एंड इतने जोड़ा एंड है इन्ने 10 to 7 कनैक्ट किया ठीक है बट जोड़ा आह एंड एंड तुम देख लो एंड फॉलोड ए कंसिस्टेंट राइस हुण ये जोड़ा एंड है इन्हें कनैक्ट किया स्टार्टड नू ते फॉलोड नू तुसी देख लो वी टू है स्टार्टड वी टू वर्ब दी सैकेंड फॉर्म है फॉलोड ठीक है शुरू इतों होए तो फिर इन्होंने फॉलो किया एंड दो कट्ठे ने बट कनैक्शन अलग है उन्हों का अलग अलग चीज़ों को कनैक्ट कर रहे ने आ एंड कनैक्ट कर रहे हैं 10 to 7 आ एंड कनैक्ट कर रहे हैं किनू फॉलोड ते स्टार्टड नू फिर इन्हें की फॉलो किया कंसिस्टेंट राइज हुण तुसी कंसिस्टेंट वर्ड देखो कंसिस्टेंट नू जल्दी जल्दी आपकी नोटबुक ते लिखो एंड इहदा मतलब की हुंदा है कॉन्टीन्यूअस ठीक है लगातार वाला वाधा कॉन्टीन्यूअस राइज नू आपां अग्गे लिखते हैं कंसिस्टेंट राइज
नोटबुक पर लिख लो कि कॉन्टीन्यूअस चीज़ नूं कॉन्टीन्यूअस राइज हो सकता है, कॉन्टीन्यूअस डिकलाइन हो सकता है। सो कॉन्टीन्यूअस नूं कंसिस्टेंट वर्ड लिख सकते हैं, राइज होवे चाहे डिकलाइन होवे, पर वो लगातार होना चाहिए, घटना वधना नहीं चाहिए, ठीक है। वो वधदे जावे, वधदा जावे, वधदा जावे, वधदा जावे, ठीक है। रेगुलर हो गया, जिहड़ा रेगुलर पैटर्न चल रहा है। हुण आपां की कहांगे, कंसिस्टेंट राइज फॉलो किया, फिर इन्हां दोनों ने किन्हां ने यूएसए ने भी फॉलो किया, स्वीडन ने भी फॉलो किया कॉन्टीन्यूअस राइज। जबकि मीन्स वेयर एज की हो गया, जबकि इनिशिएटिंग विद द वैल्यू ऑफ 5, 5 की वैल्यू नाल शुरू होके, ठीक है। पहला की लाइन की है, जे आप यूएसए ते स्वीडन दे रिगार्डिंग गल करिए, तो द प्रपोर्शन ऑफ ओल्ड पीपल शुरू होया सी 10 ते 7 तो, एंड फिर इन्हें की किया कॉन्टीन्यूअस राइज फॉलो किया, जबकि 5 की वैल्यू तो शुरू होके, ठीक है, जबकि इनिशिएटिंग विद द वैल्यू ऑफ 5, 5 की वैल्यू ने इनिशिएटिंग की हो गया स्टार्टिंग, ठीक है, स्टार्टिंग विद द वैल्यू ऑफ 5, 5 की वैल्यू के नाल शुरू होके जापान हैड एन ऑपोजिट ट्रेंड। जापान ने की किया ऑपोजिट ट्रेंड सीगा, हुण पता लग गया आप यूएसए ते स्वीडन नू कंबाइन किया सी, वो दोवें वध रहे सीगे, दोनों ने ही फॉलो किया सी कंसिस्टेंट राइज, बट जापान इन्हां दे की कर रहा ऑपोजिट ट्रेंड फॉलो कर रहा है, ठीक है। 5 की वैल्यू नाल शुरू होके इन्हें ऑपोजिट ट्रेंड शुरू किया सी, फॉलो किया सी, जिते यूएसए 10 तो शुरू होया सीगा, स्वीडन 7 तो शुरू होया सी, एंड उत्थे अपना जापान है जिहड़ा वह 5 तो शुरू होया, 5 की वैल्यू नाल शुरू होके इन्हें ऑपोजिट ट्रेंड फॉलो करना शुरू करता, जिथे वह वध रहे सी उत्थे जापान घट रहा होगा, ठीक है। ना समझ आ गया, इट्स सुखजीत सिंह, हैलो सुखजीत, वेलकम, ठीक है। हुण पता लग गया यूएसए ते स्वीडन 5-10 ते 7 की वैल्यू तो शुरू होए, फिर उन्होंने रेगुलर कॉन्टीन्यूअस राइज फॉलो किया, बट जापान 5 की वैल्यू तो शुरू होया, एंड उन्होंने ऑपोजिट ट्रेंड फॉलो करना शुरू करता, मीनस डिग्गया होगा, ठीक है। दैन की होया, इन बिटवीन 1990 एंड 2000, कहिंदे कि 1990 ते 2000 दे विचकार जे गल करिए, तां मैं तुहानूं विखा दिंदी आ किवें आया। देखो दोबारा डिस्कस करते हैं, यूएसए ते जापान शुरू होए ने, यूएसए ते जापान जेड़े ने यूएसए ते स्वीडन, यूएसए ते स्वीडन शुरू होने हैं, आपां की कहा सी नीयरली 10, नीयरली वर्ड लगा सी, नीयरली 10 एंड 7 तो शुरू होए सीगे कौन, यूएसए ते स्वीडन, बट जापान 5 दी वैल्यू तो शुरू होया। यूएसए ते स्वीडन ने की कीता, कॉन्टीन्यूअस कंसिस्टेंट राइज फॉलो किया सी, जबकि जापान ने ऑपोजिट पैटर्न फॉलो करना शुरू करता है, इत तक सही है। फिर आपां की कहा आ, इन बिटवीन ਆਪਾਂ ਕਿਹਾ ਸੀ, ਹੁਣ ਜਿੱਦਾਂ ਇੱਥੇ 1980 ਆ, ਇਹਦੇ ਇਨ ਬਿਟਵੀਨ ਕੀ ਬਣ ਜੂਗਾ 1990, ਆਪਾਂ ਕਹਿੰਦੇ 1990 ਅਤੇ 2000 ਦੇ ਵਿਚਕਾਰ, ਮੀਨਸ ਇੰਨੇ ਪੀਰੀਅਡ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇੱਥੇ ਲਾਈਨਸ ਇੰਟਰਸੈਕਟ ਕੀਤੀਆਂ ਨੇ, ਤਾਂ ਇਹ ਕਿੱਥੇ ਆ ਰਹੀਆਂ, ਇੱਥੇ ਆ ਰਹੀਆਂ, ਠੀਕ ਹੈ। ਯੂਐਸਏ ਅਤੇ ਸਵੀਡਨ ਨੇ ਇੱਥੇ ਇੱਕ ਦੂਜੇ ਨੂੰ ਕੀ ਕੀਤਾ, ਇੰਟਰਸੈਕਟ ਕੀਤਾ ਇਸ ਪੁਆਇੰਟ 'ਤੇ, ਤਾਂ ਆਪਾਂ ਕੀ ਇਹਨੂੰ ਇੱਥੇ ਨੀਚੇ ਲੈ ਗਏ, ਇਹਨੂੰ ਆਪਾਂ ਦੇਖ ਲਿਆ ਕਿਹੜੇ ਈਅਰ ਦੇ ਵਿੱਚ ਆਪਾਂ ਲਿਖਿਆ, ਇਨ ਇਨ ਬਿਟਵੀਨ 1990 ਐਂਡ 2000, 1990 ਅਤੇ 2000 ਦੇ ਵਿਚਕਾਰ। ਅੱਗੇ ਆਪਾਂ ਦੇਖਦੇ ਹਾਂ ਹੁਣ ਕੀ ਆਉਣਾ, ਵਿਚਕਾਰ ਕੀ ਹੋਇਆ ਇੱਕ ਵਾਰ ਤੁਸੀਂ ਦੇਖ ਲਓ, ਪਰ ਵਿਚਾਰ ਹੋਇਆ ਕੀ ਹੈ, ਆਹ ਪ੍ਰਪੋਰਸ਼ਨ ਕਿੱਥੇ ਹੈ, ਨੀਅਰਲੀ 15, ਠੀਕ ਹੈ। ਜਿਹੜਾ ਪੁਆਇੰਟ ਸੀ, ਇੰਟਰਸੈਕਸ਼ਨ ਪੁਆਇੰਟ ਸੀਗਾ, ਉਹ ਆਹ ਲਾਈਨ ਤੋਂ ਨੀਚੇ ਹੈ, ਤਾਂ ਆਪਾਂ ਨੀਅਰਲੀ 15 ਯੂਜ਼ ਕਰਾਂਗੇ, ਬਟ ਇੱਥੇ ਜਦੋਂ ਜਾਪਾਨ ਦੀ ਗੱਲ ਕਰੀਏ, ਜਾਪਾਨ ਕਿੱਥੇ ਆਉਂਦਾ, ਤਾਂ ਨੀਅਰਲੀ 5 'ਤੇ ਹੀ ਆਉਂਦਾ, ਠੀਕ ਹੈ। ਪ੍ਰਪੋਰਸ਼ਨ ਆਪਾਂ ਦੇਖ ਲਿਆ, ਲੈਸ ਸੀ ਲਾਈਨ ਕੀ ਕਹਿੰਦੀ ਹੈ, ਤਾਂ ਇਨ ਬਿਟਵੀਨ 1990 ਐਂਡ 2000, 1990 ਅਤੇ 2000 ਦੇ ਵਿਚਕਾਰ, ਦ ਫਿਗਰ ਫੋਰ ਫਾਰਮਰ
ਕੰਟਰੀਜ਼ ਫਾਰਵਰਡ ਕੰਟਰੀਜ਼ ਆਪਾਂ ਕੰਬੀਨੇਸ਼ਨ ਕਿਹਦਾ ਬਣਾਇਆ ਯੂਐਸਏ ਅਤੇ ਸਵੀਡਨ ਦਾ ਤਾਂ ਪਹਿਲੀਆਂ ਕੰਟਰੀਜ਼ ਦੀ ਫਿਗਰ ਇੰਨਾ ਟਾਈਮ ਦੇ ਵਿਚਕਾਰ ਵਾਜ ਅਰਾਊਂਡ 15 ਤਾਂ ਹੀ ਮੈਂ ਤੁਹਾਨੂੰ ਪਹਿਲਾਂ ਪ੍ਰਪੋਰਸ਼ਨ ਦੱਸਤਾ ਸੀ ਅਰਾਊਂਡ ਕਿੰਨੀ ਸੀ 15 ਸੀਗੀ ਦ ਫਿਗਰ ਫੋਰ ਫਾਰਮਰ ਕੰਟਰੀਜ਼ ਵਾਜ ਅਰਾਊਂਡ 15 ਪਹਿਲੀਆਂ ਕੰਟਰੀਜ਼ ਲਈ ਤਾਂ ਫਿਗਰ 15 ਸੀ ਐਂਡ ਲੈਸ ਦੈਨ 5 ਫੋਰ ਦ ਲਾਟਰ ਵਨ ਫਾਰਮਰ ਅਤੇ ਲੈਟਰ ਦਾ ਕੰਸੈਪਟ ਸਮਝ ਲਿਓ ਫਾਰਮਰ ਅਤੇ ਲੈਟਰ ਦਾ ਕੰਸੈਪਟ ਹੁੰਦਾ ਪਹਿਲਾਂ ਅਤੇ ਬਾਅਦ ਵਾਲਾ ਆਪਾਂ ਪਹਿਲਾਂ ਕੰਬੀਨੇਸ਼ਨ ਬਣਾਇਆ ਸੀ ਦੋ ਕੰਟਰੀਜ਼ ਦਾ ਤਾਂ ਆਪਾਂ ਅੱਗੇ ਅਲੱਗ ਕਹਿਤਾ ਕਿ ਫਾਰਮਰ ਕੰਟਰੀਜ਼ ਦੇ ਲਈ ਤਾਂ ਜਿਹੜਾ ਪ੍ਰਪੋਰਸ਼ਨ ਸੀ ਉਹ ਇਨ ਇਸ ਟਾਈਮ ਪੀਰੀਅਡ ਦੇ ਵਿੱਚ ਅਰਾਊਂਡ 15 ਸੀਗਾ ਜਦਕਿ ਲਾਟਰ ਵਨ ਕੰਟਰੀ ਦੇ ਲਈ ਕੀ ਸੀਗਾ ਲੈਸ ਦੈਨ 5 ਸੀਗਾ ਠੀਕ ਹੈ ਇਟ ਕੁੱਡ ਬੀ ਸੀਨ ਦੈਟ ਠੀਕ ਹੈ ਦੇਖਿਆ ਜਾ ਸਕਦਾ ਕੀ ਦੇਖਿਆ ਜਾ ਸਕਦਾ ਇਟ ਕੁੱਡ ਬੀ ਸੀਨ ਦੈਟ ਆਫਟਰ ਫੋਲੋਇੰਗ ਹੁਣ ਆਫਟਰ ਵਾਲੀ ਸਟਰਕਚਰ ਆ ਗਈ ਇੱਥੇ ਆਫਟਰ ਫੋਲੋਇੰਗ ਐਨ ਐਸਕਲੇਸ਼ਨ ਪਹਿਲਾਂ ਤਾਂ ਏ ਅਤੇ ਐਨ ਉੱਥੇ ਆਪਸ਼ਨਲ ਸੀਗੇ ਹੁਣ ਪਤਾ ਲੱਗ ਗਿਆ ਕਿ ਐਨ ਕਦੋਂ ਆਉਣਾ ਐਨ ਕਦੋਂ ਆਇਆ ਜਦੋਂ ਵੋਵਲ ਯੂਜ਼ ਕੀਤਾ ਆਪਾਂ ਈ ਵੋਵਲਸ ਕਿਹੜੇ ਕਿਹੜੇ ਹੁੰਦੇ ਆ ਏ ਈ ਆਈ ਓ ਅਤੇ ਯੂ ਇਹ ਵੋਵਲਸ ਆ ਗਏ ਵੋਵਲ ਯੂਜ਼ ਕੀਤਾ ਤਾਂ ਐਨ ਯੂਜ਼ ਕੀਤਾ ਆਫਟਰ ਫੋਲੋਇੰਗ ਐਨ ਐਸਕਲੇਸ਼ਨ ਹੁਣ ਐਸਕਲੇਸ਼ਨ ਵਰਡ ਦੇ ਜੇ ਨਹੀਂ ਪਤਾ ਤਾਂ ਐਸਕਲੇਸ਼ਨ ਹੁੰਦਾ ਜੀ ਇਨਕਰੀਜ਼ ਇਨਕਰੀਜ਼ ਐਜ਼ ਨਾਊਨ ਮੈਂ ਤੁਹਾਨੂੰ ਫਸਟ ਡੇ ਵੀ ਕਰਾਇਆ ਸੀ ਇਨਕਰੀਜ਼ ਵਰਬ ਵੀ ਹੈ ਇਨਕਰੀਜ਼ ਨਾਊਨ ਵੀ ਹੈ ਠੀਕ ਹੈ ਇਨਕਰੀਜ਼ ਵਰਬ ਵੀ ਹੈ ਇਨਕਰੀਜ਼ ਨਾਊਨ ਵੀ ਹੈ ਇੱਥੇ ਆਪਾਂ ਨਾਊਨ ਯੂਜ਼ ਕਰ ਰਹੇ ਹਾਂ ਇਨਕਰੀਜ਼ ਤਾਂ ਆਫਟਰ ਫੋਲੋਇੰਗ ਏ ਇਨਕਰੀਜ਼ ਐਨ ਇਨਕਰੀਜ਼ ਇੱਕ ਵਾਧਾ ਫੋਲੋ ਕਰਨ ਤੋਂ ਬਾਅਦ 'ਚ ਵਾਧਾ ਫੋਲੋ ਕਰਨ ਤੋਂ ਬਾਅਦ 'ਚ ਕੀ ਹੋਇਆ ਆਫਟਰ ਫੋਲੋਇੰਗ ਐਨ ਐਸਕਲੇਸ਼ਨ ਜਪਾਨ ਵੁੱਡ ਬਿਕਮ ਦ ਕੰਟਰੀ ਜਪਾਨ ਇੱਕ ਇੱਦਾਂ ਦੀ ਕੰਟਰੀ ਬਣ ਗਿਆ ਵੁੱਡ ਸੰਭਾਵਨਾ ਦੇ ਰਿਹਾ ਕਿ ਇੱਦਾਂ ਦੀ ਕੰਟਰੀ ਬਣੂਗਾ ਕਿਹੜੀ ਕੰਟਰੀ ਕੰਟਰੀ ਵਿਦ ਮੈਕਸੀਮਮ ਏਜਡ ਪਾਪੂਲੇਸ਼ਨ ਸਭ ਤੋਂ ਜ਼ਿਆਦਾ ਏਜਡ ਪਾਪੂਲੇਸ਼ਨ ਹੋਊਗੀ ਕਿਹਦੇ ਵਿੱਚ ਜਪਾਨ ਇੱਕ ਵਾਧਾ ਫੋਲੋ ਕਰਨ ਤੋਂ ਬਾਅਦ ਜਪਾਨ ਇੱਕ ਐਵੇਂ ਦੀ ਕੰਟਰੀ ਬਣੇਗਾ ਜਿਹਦੇ ਵਿੱਚ ਏਜਡ ਪਾਪੂਲੇਸ਼ਨ ਕੀ ਹੋਏਗੀ ਸਭ ਤੋਂ ਜ਼ਿਆਦਾ ਹੋਏਗੀ ਕਦੋਂ ਟਿਲ 2040 2040 ਤੱਕ ਜਪਾਨ ਇੱਕ ਐਵੇਂ ਦੀ ਕੰਟਰੀ ਬਣੇਗਾ ਜਿਹਦੇ ਵਿੱਚ ਕੀ ਹੋਊਗਾ ਜੀ ਜਿਹਦੇ ਵਿੱਚ ਜਪਾਨ ਸਭ ਤੋਂ ਉੱਤੇ ਹੋਏਗੀ ਕਾਹਦੇ ਵਿੱਚ ਏਜਡ ਪਾਪੂਲੇਸ਼ਨ ਦੇ ਪ੍ਰਪੋਰਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਏਜਡ ਪਾਪੂਲੇਸ਼ਨ ਕਿਹਦੇ 'ਚ ਹੋਊਗੀ ਜਪਾਨ 'ਚ ਹੋਊਗੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਸੀ ਜਪਾਨ ਸ਼ੁਰੂ ਤਾਂ ਸਭ ਤੋਂ ਘੱਟ ਵੈਲਿਊ ਤੋਂ ਹੋਇਆ ਸੀਗਾ ਕਦੋਂ 5 ਤੋਂ ਬਟ ਅਖੀਰ 'ਤੇ ਸਾਰੀਆਂ ਕੰਟਰੀਜ਼ ਨੂੰ ਪਿੱਛੇ ਛੱਡ ਕੇ ਆਪ ਅੱਗੇ ਲੱਗੇਗਾ ਕਿਉਂਕਿ ਇਹ ਉੱਤੇ ਸੀਗੀਆਂ ਬਟ ਜਪਾਨ ਤੋਂ ਥੱਲੇ ਰਹਿ ਜਾਣਗੀਆਂ ਠੀਕ ਹੈ ਇਹਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ ਹੈਵਿੰਗ ਜੇ ਤੁਸੀਂ ਇਹ ਲਾਈਨ ਯੂਜ਼ ਨਹੀਂ ਕੀਤੀ ਹੋਈ ਕਿਉਂਕਿ ਆਪਣਾ ਗ੍ਰਾਫ ਹੀ ਖਤਮ ਹੋ ਗਿਆ ਸੀ ਤਾਂ ਇਹ ਤੁਸੀਂ ਅਲੱਗ ਲਾਈਨ ਇੱਕ ਹੈਸ਼ ਪਾ ਕੇ ਜਾਂ ਕੋਈ ਪੁਆਇੰਟ ਬਣਾ ਕੇ ਸਟਾਰ ਬਣਾ ਕੇ ਅਲੱਗ ਲਾਈਨ ਲਿਖ ਲਓ ਤਾਂ ਕਿ ਤੁਹਾਨੂੰ ਯੂਜ਼ ਕਰਨੀ ਆ ਜੇ ਹੈਵਿੰਗ ਹੈਵਿੰਗ ਇਨਕਰੀਜ਼ਡ ਕੰਟੀਨਿਊਸਲੀ ਹੁਣ ਇੱਥੇ ਦੇਖੋ ਇੱਥੇ ਮੈਂ ਐਲ ਵਾਈ ਕੰਟੀਨਿਊਸਲੀ 'ਚ ਲੈ ਆਉਂਦੀ ਆ ਸ਼ਾਰਪਲੀ ਸਲਾਈਡਲੀ ਆਪਾਂ ਯੂਜ਼ ਨਹੀਂ ਕੀਤਾ ਲਗਾਤਾਰ ਵੱਧ ਕੇ ਠੀਕ ਹੈ ਹੈਵਿੰਗ ਇਨਕਰੀਜ਼ਡ ਕੰਟੀਨਿਊਸਲੀ ਆਫਟਰ 2020 ਇਹ ਵੀ ਮੈਂ ਲਿਖਤਾ ਨਾਲ ਹੁਣ ਮੈਂ ਕੀ ਲਿਖਿਆ 2020 ਤੋਂ ਬਾਅਦ ਲਗਾਤਾਰ ਵੱਧ ਕੇ ਠੀਕ ਹੈ ਲਗਾਤਾਰ ਵੱਧਦੇ ਵੱਧਦੇ 2020 ਤੋਂ ਬਾਅਦ 2020 ਜਦੋਂ ਲੰਘਦਾ ਗਿਆ ਤਾਂ ਉਸ ਤੋਂ ਬਾਅਦ 'ਚ ਲਗਾਤਾਰ ਵੱਧਦੇ ਵੱਧਦੇ ਦ ਪ੍ਰਪੋਰਸ਼ਨ ਆਫ ਪੀਪਲ ਹੈ ਨਾ ਓਲਡ ਪੀਪਲ ਲਿਖ ਲੈਂਦੇ ਹਾਂ ਦ ਪ੍ਰਪੋਰਸ਼ਨ ਆਫ ਓਲਡ ਪੀਪਲ ਵੁੱਡ ਰੀਚ ਐਟ ਦ ਆਲ ਟਾਈਮ ਹਾਈ ਫਿਗਰ ਫਿਗਰ ਆਫ ਕਿੰਨੀ ਹੈ ਤੁਸੀਂ ਇਹ ਵੀ ਦੱਸ ਸਕਦੇ ਹੋ ਪ੍ਰਪੋਰਸ਼ਨ ਦੇ ਕੇ ਕਿ ਕਿੱਥੇ ਪਹੁੰਚ ਗਈ ਉਹ ਇਸ ਤਰ੍ਹਾਂ ਲਾਈਨ ਬਣੇਗੀ ਹੈਵਿੰਗ ਇਨਕਰੀਜ਼ਡ ਕੰਟੀਨਿਊਸਲੀ ਆਫਟਰ 2020 2020 ਤੋਂ ਬਾਅਦ ਲਗਾਤਾਰ ਵੱਧ ਕੇ ਜਿਹੜੀ ਆਪਣੀ ਪ੍ਰਪੋਰਸ਼ਨ ਹੈ ਓਲਡ ਪੀਪਲ ਦਾ ਵੁੱਡ ਰੀਚ ਐਟ ਦ ਆਲ ਟਾਈਮ ਹਾਈ ਫਿਗਰ ਆਫ
जिन्हें भी प्रपोर्शन पर पहुंचे तुम हाई फिगर ऑफ तक बाद प्रपोर्शन दे सकते हो या इतने भी छड़ सकते हो कि रीच एट द ऑल टाइम हाई फिगर। ठीक है, एक सब तो सारे टाइम के सब तो उच्ची फिगर पर कौन पहुँच गया सीगा, जापान पहुँच गया सीगा। ठीक है, जापान मैनशन करना रह गया आप भी कर देने, हैव इनक्रीज कॉन्टीन्यूअसली आफ्टर 2020 द प्रपोर्शन ऑफ ओल्ड पीपल इतने देखो इन जापान। ठीक है, जापान में जो तुम समझ नहीं आ रही लेट मी नो ताकि मैं तुम्हें क्लीयरली लिख दी, जो तुम्हें लग रहा है कि तुम समझ आ गई है दैन इज़ वेरी गुड। हैविंग इनक्रीज कॉन्टीन्यूअसली आफ्टर 2020 2020 तो बाद लगातार वध के इतने कौमा यूज किया आप ध्यान रखियो वध के जो प्रपोर्शन है ओल्ड पीपल का इन जापान वुड रीच एट द ऑल टाइम हाई फिगर। ठीक है, दसो बच्चे जल्दी समझ आ गई है। हुण इत्थे आपां आफ्टर यूज कर लिया। ठीक है, आफ्टर वर्ड आपां यूज कर लिया, आफ्टर वाला रूल एस्केलेशन आपां एक वर्ड सीखिया है नवा, एक हैविंग द रूल मैं तुहानूं इंप्लीमेंट करके देता है कि हैविंग द रूल आपां इस तरीके नाल इंप्लीमेंट करांगे। ठीक है, मैं तुहानूं अगे सरपास का यूज भी करवाउणा है, सरपास किवें यूज करना है आपां दविंदर सिंह। ओके थैंक यू, जो तुहानूं समझ लग गई है। देखो बच्चा समय लग रही है, ठीक है नहीं तो जल्दी दसो मैं इरेज कर देव सारा कुछ। बस एक सिर्फ हैविंग वाला रूल जो है एग्जाम्पल नोटबुक पर प्लीज़ नोट कर लियो, नहीं तो तुम्हें याद नहीं रहनी हैगी, थोड़ी लेंथी है एग्जाम्पल। तुम देखो जो तुम लेंथी एग्जाम्पल लिख रहे हो वधिया इंपैक्ट भी पेगा टास्क के, जल्दी जल्दी दसो मैं क्लीन कर दिनी हाँ सारा कुछ। लास्ट रूल भी जो मैं बोल के दसा तो भी मैं दस दो कि मैम बोल के दस दो, जो थोड़ा इदा ही समझ लग रही है तो प्लीज़ जल्दी लिखो फिर आप अगे चलीए। सुखजीत सिंह, हेलो सुखजीत। ओके बलजीत, समझ लग चुकी है ना बच्चे सारे नू? देखो एक बार, ओके एक लास्ट सेंटेंस है अपना उस पैसेज का, ये आप की कह रहे हैं कि ऑलदो द परसेंटेज ऑफ रेस्ट ऑफ द कंट्रीज, है ना, पहले आप जापान की गल करके हटे सी, लास्ट पैसेज जिथे आप फिनिश किया उत्ते जापान की गल हो रही थी। सो हुण आप की कह रहे हैं रेस्ट ऑफ द कंट्रीज, हुण जापान छड़ के बाकी बचे कंट्रीज की गल कर रहे हैं। ये की कह रही है लाइन, कह रही है ऑलदो जी प्रपोर्शन हैगा वा प्रपोर्शन फॉर रेस्ट ऑफ द कंट्रीज है जिहड़ा प्रपोर्शन जिहड़ा हैगा रेस्ट ऑफ द कंट्रीज का वह प्रपोर्शन नूं की करना है आपां दसना आ रेस्ट ऑफ द कंट्रीज का प्रपोर्शन जिहड़ा आ वह की करेगा। हुण आपां इह गल लिखणी है कि वध्या तां रेस्ट ऑफ द कंट्रीज का प्रपोर्शन भी है बेशक। ठीक है, आपां प्रपोर्शन तो हर एक चीज़ का वध्या सी लाइन ग्राफ के किदा किदा, जापान का भी वध्या सीगा, यूएस का भी वध्या सी, स्वीडन का भी वध्या सीगा, प्रपोर्शन तो तिना कंट्रीज़ के लिए ही वध्या आ। बट आपां इह वेखणा है कि आपां कहना की चाहुंदे आ, कहिंदे ऑलदो द प्रपोर्शन ऑफ रेस्ट ऑफ द कंट्रीज जिहड़ा हैगा प्रपोर्शन, ऑलदो द परसेंटेज ऑफ रेस्ट ऑफ द कंट्रीज ऑलसो इनक्रीज स्टडली, कहिंदे कि भावें जिहड़ा प्रपोर्शन है रेस्ट ऑफ द कंट्रीज का मीनस यूएस ते स्वीडन का वह भी वध्या आ स्टडली, स्टडली क्योंकि लगातार वध्या आ। ठीक है, भावें वह भी वध्या पर दे आर एक्सपैक्टिड टू बी लैस दैन जापान, उम्मीद की जाती है कि जापान तो पर घट ही रहनगे। ठीक है, वधूगा तो तिना का, ठीक है, जापान का भी वध्या, यूएस का भी वध्या, स्वीडन का भी वध्या,
ਵਧੂਗਾ ਤਾਂ ਤਿੰਨਾਂ ਦਾ। ਜਿਹੜੇ ਰੈਸਟ ਕੰਟਰੀਜ਼ ਬਚੀਆਂ ਜਪਾਨ ਨੂੰ ਛੱਡ ਕੇ, ਰੈਸਟ ਆਫ ਦਾ ਕੰਟਰੀਜ਼ ਜਿਹੜੀਆਂ ਹੈਗੀਆਂ, ਭਾਵੇਂ ਉਹਨਾਂ ਦਾ ਵੀ ਵੱਧ ਰਿਹਾ, ਬਟ ਉਮੀਦ ਇਹ ਕੀਤੀ ਜਾਂਦੀ ਹੈ ਕਿ ਉਹ ਰਹੇਗਾ ਜਪਾਨ ਤੋਂ ਘੱਟ ਹੀ, ਕਿਉਂਕਿ ਫਿਊਚਰ ਦੇ ਵਿੱਚ ਆਪਾਂ ਜਦੋਂ ਗੱਲ ਕੀਤੀ ਹੈ ਜਪਾਨ ਟੌਪ 'ਤੇ ਪਹੁੰਚ ਚੁੱਕਾ, ਬਾਕੀ ਦੋਨੋਂ ਕੰਟਰੀਜ਼ ਕੀ ਹੈ ਨੀਚੇ ਨੇ, ਤਾਂ ਆਪਾਂ ਕੀ ਕਹਾਂਗੇ ਜਪਾਨ ਜ਼ਿਆਦਾ ਹੈ। ਆਪਾਂ ਇਹ ਵੀ ਲਿਖ ਸਕਦੇ ਹਾਂ ਜਿੱਦਾਂ ਸਰਪਾਸ ਵਰਡ ਆਪਾਂ ਕੀਤਾ ਹੋਇਆ, ਤਾਂ ਦੇਖਦੇ ਹਾਂ ਕਿ ਇਹ ਕਿਵੇਂ ਯੂਜ਼ ਹੋਣਾ, ਇਹਨੂੰ ਆਪਾਂ ਕਿਵੇਂ ਲਿਖਾਂਗੇ। ਇਟ ਇਜ਼ ਐਕਸਪੈਕਟਿਡ ਦੈਟ ਦ ਪ੍ਰਪੋਰਸ਼ਨ ਆਫ ਓਲਡ ਪੀਪਲ ਇਨ ਜਪਾਨ ਕੀ ਕਰ ਦੇਵੇਗਾ, ਵੁੱਡ ਕੀ ਕਰੂਗਾ, ਵੁੱਡ ਸਰਪਾਸ ਦਾ ਮਤਲਬ ਕੀ ਹੈ, ਕਿਸੇ ਚੀਜ਼ ਨੂੰ ਪਿੱਛੇ ਛੱਡ ਕੇ ਆਪ ਅੱਗੇ ਲੰਘ ਜਾਣਾ, ਠੀਕ ਹੈ। ਵੁੱਡ ਸਰਪਾਸ ਕੀ ਕਰੇਗਾ, ਵੁੱਡ ਸਰਪਾਸ ਦਾ ਪ੍ਰਪੋਰਸ਼ਨ ਆਫ ਰੈਸਟ ਆਫ ਦ ਕੰਟਰੀਜ਼, ਇੱਦਾਂ ਲਿਖ ਦਿੰਦੇ ਹਾਂ, ਬਾਕੀ ਬਚੀਆਂ ਕੰਟਰੀਜ਼ ਦੇ ਪ੍ਰਪੋਰਸ਼ਨ ਨੂੰ ਕੀ ਕਰੇਗਾ, ਪਿੱਛੇ ਛੱਡ ਕੇ ਜਪਾਨ ਦੇ ਓਲਡ ਪੀਪਲ ਦਾ ਪ੍ਰਪੋਰਸ਼ਨ ਕੀ ਹੋਏਗਾ, ਅੱਗੇ ਵੱਧ ਜਾਵੇਗਾ ਇਨ 2040 ਦੇ ਵਿੱਚ। ਜਪਾਨ ਦਾ ਪ੍ਰਪੋਰਸ਼ਨ ਬਾਕੀ ਕੰਟਰੀਜ਼ ਦੇ ਪ੍ਰਪੋਰਸ਼ਨ ਨੂੰ ਪਿੱਛੇ ਛੱਡ ਕੇ, ਸਰਪਾਸ ਕਰਕੇ ਆਪ ਅੱਗੇ ਲੰਘ ਕੇ ਕਿੱਥੇ ਕੀ ਹੋਊਗਾ, ਸਰਪਾਸ ਕਰ ਜਾਊਗਾ। ਐਂਡ ਇਹ ਵੀ ਲਿਖ ਸਕਦੇ ਹਾਂ, ਐਂਡ ਰੀਚ ਕਿੱਥੇ ਰੀਚ ਕਰੂਗਾ, ਰੀਚ ਐਟ ਦ ਆਲ ਟਾਈਮ ਹਾਈ ਫਿਗਰ, ਠੀਕ ਹੈ, ਸਭ ਤੋਂ ਜ਼ਿਆਦਾ ਫਿਗਰ 'ਤੇ ਪਹੁੰਚ ਜੂਗਾ, ਜੇ ਆਪਾਂ ਲਾਈਨ ਨੂੰ ਥੋੜ੍ਹਾ ਹੋਰ ਲੈਂਥੀ ਕਰਨਾ। ਇੱਕ ਵਾਰ ਦੇਖ ਲਓ, ਇਟ ਇਜ਼ ਐਕਸਪੈਕਟਿਡ ਦੈਟ, ਉਮੀਦ ਕੀਤੀ ਜਾਂਦੀ ਹੈ, ਦ ਪ੍ਰਪੋਰਸ਼ਨ ਆਫ ਓਲਡ ਪੀਪਲ ਇਨ ਜਪਾਨ ਵੁੱਡ ਸਰਪਾਸ ਦ ਪ੍ਰਪੋਰਸ਼ਨ ਆਫ ਰੈਸਟ ਆਫ ਦ ਕੰਟਰੀਜ਼, ਬਾਕੀ ਬਚੇ ਕੰਟਰੀਜ਼ ਦੇ ਪ੍ਰਪੋਰਸ਼ਨ ਨੂੰ ਪਿੱਛੇ ਛੱਡ ਕੇ ਜਪਾਨ ਦੇ ਲੋਕਾਂ ਦਾ ਪ੍ਰਪੋਰਸ਼ਨ ਅੱਗੇ ਵੱਧ ਜਾਵੇਗਾ ਕਦੋਂ, ਇਨ 2040। ਐਂਡ ਰੀਚ ਐਟ ਕਿੱਥੇ ਰੀਚ ਕਰੇਗਾ, ਹੁਣ ਰੀਚ ਕਿਹਦੇ ਨਾਲ ਕਨੈਕਟ ਹੋਇਆ ਜੀ, ਚੇਤਾ ਰੱਖੋ, ਜਿਹੜਾ ਵੁੱਡ ਹੈ, ਵੁੱਡ ਸਰਪਾਸ ਵਰਬ ਐਂਡ ਰੀਚ ਵਰਬ ਨੂੰ ਕਨੈਕਟ ਕਰ ਰਿਹਾ, ਠੀਕ ਹੈ। ਰੀਚ ਐਟ ਦ ਆਲ ਟਾਈਮ ਹਾਈ ਫਿਗਰ, ਸਭ ਤੋਂ ਜ਼ਿਆਦਾ ਫਿਗਰ 'ਤੇ ਪਹੁੰਚ ਜਾਏਗਾ ਸਾਰੇ ਹੀ ਟਾਈਮ ਦੀ, ਠੀਕ ਹੈ। ਇਹ ਵੀ ਲਾਈਨ ਬਣ ਸਕਦੀ ਹੈ, ਉਹ ਵੀ ਦੇਖ ਲਓ, ਭਾਵੇਂ ਬਾਕੀ ਬਚੇ ਕੰਟਰੀਜ਼ ਦਾ ਪ੍ਰਪੋਰਸ਼ਨ ਵੀ ਵਧਿਆ, ਪਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਜਪਾਨ ਤੋਂ ਥੱਲੇ ਹੀ ਰਹੇਗਾ, ਠੀਕ ਹੈ, ਜਪਾਨ ਤੋਂ ਪਰ ਉਹ ਘੱਟ ਹੀ ਰਹੇਗਾ, ਚਾਹੇ ਉਹ ਵਧੀਆ ਹੀ ਹੈ। ਓਕੇ, ਸੋ ਇਹ ਸੀ ਤੁਹਾਡਾ ਸੈਂਟੈਂਸ, ਇਹਦੇ ਲਈ ਆਪਾਂ ਸਰਪਾਸ ਵਰਡ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਉਹ ਵੀ ਆਪਾਂ ਦੱਸਤਾ। ਹੁਣ ਤੁਸੀਂ ਦੇਖੋ, ਜਲਦੀ ਜਲਦੀ ਦੱਸੋ, ਫਿਰ ਆਪਾਂ ਓਵਰਆਲ ਡਿਸਕਸ ਕਰੀਏ ਐਂਡ ਫਿਰ ਆਪਾਂ ਕਲਾਸ ਫਿਨਿਸ਼ ਕਰੀਏ। ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਠੀਕ ਹੈ, ਤਾਂ ਕਿ ਪਤਾ ਲੱਗ ਜਾਏ ਕਿ ਰੀਅਲੀ ਜੋ ਅਸੀਂ ਕੰਟੈਂਟ ਤੁਹਾਨੂੰ ਰੀਪ੍ਰਜੈਂਟ ਕਰ ਰਹੇ ਹਾਂ ਤੁਹਾਨੂੰ ਯੂਜ਼ਫੁੱਲ ਲੱਗਦਾ ਹੈ। ਫਿਰ ਅਟੈਂਡਿੰਗ ਦ ਕਲਾਸ, ਇਟ ਮੀਨਸ ਤੁਹਾਨੂੰ ਕੁਛ ਤਾਂ ਲੱਗ ਰਿਹਾ ਕਿ ਅਸੀਂ ਨਵਾਂ ਆ, ਤੁਸੀਂ ਤਾਂ ਹੀ ਵੇਟ ਕਰ ਰਹੇ ਹੋ, ਤੁਸੀਂ ਅਟੈਂਡ ਕਰ ਰਹੇ ਹੋ, ਸੋ ਪਲੀਜ਼ ਲਾਈਕ ਕਰ ਦਿਓ, ਐਪਰੀਸੀਏਸ਼ਨ ਮਿਲ ਜਾਂਦੀ ਹੈ, ਇਨਕਰੇਜਮੈਂਟ ਮਿਲਦੀ ਹੈ, ਤਾਂ ਕਿ ਨੈਕਸਟ ਟਾਈਮ ਵੀ ਆਪਾਂ ਵਧੀਆ ਪਰਫੋਰਮ ਕਰ ਪਾਈਏ, ਠੀਕ ਹੈ। ਜਿਹੜੇ ਬੱਚੇ ਰੈਗੂਲਰ ਨੇ ਉਹ ਰੈਗੂਲਰ ਅਟੈਂਡ ਕਰਦੇ ਰਿਹਾ ਕਰੋ ਕਲਾਸ, ਐਕਟਿਵ ਰਿਹਾ ਕਰੋ, ਕਮੈਂਟ ਸੈਕਸ਼ਨ ਦੇ ਵਿੱਚ ਨਾਮ ਯਾਦ ਹੋ ਜਾਂਦੇ ਆ, ਆਪਾਂ ਚਾਹੇ ਨਹੀਂ ਮਿਲੇ ਬਟ ਸਟਿਲ ਕਨੈਕਸ਼ਨ ਤਾਂ ਬਣ ਜਾਂਦਾ ਹੈ ਨਾ, ਜਿਹੜਾ ਟੀਚਰ ਰੋਜ਼ ਪੜ੍ਹਾ ਰਿਹਾ ਐਂਡ ਜਿਹੜੇ ਬੱਚੇ ਉਹਨਾਂ ਦੀ ਕਲਾਸ ਅਟੈਂਡ ਕਰ ਰਹੇ ਆ। ਸੋ ਥੈਂਕ ਯੂ ਸੋ ਮੱਚ, ਤੁਸੀਂ ਐਵਰੀ ਡੇ ਕਲਾਸ ਅਟੈਂਡ ਕਰਦੇ ਹੋ, ਬਟ ਨਾਲ ਦੀ ਨਾਲ ਲਾਈਕ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ ਪਲੀਜ਼। ਰਾਜਪ੍ਰੀਤ, ਇਹ ਟਾਸਕ ਕਾਫੀ ਛੋਟਾ ਸੀਗਾ, ਠੀਕ ਹੈ, ਤਾਂ ਆਪਾਂ ਨੂੰ ਕਵਰ ਅਪ ਕੀਤਾ ਥੋੜ੍ਹੀ ਸੈਂਟੈਂਸ ਫੋਰਮੇਸ਼ਨ ਦੇ ਵਿੱਚ, ਠੀਕ ਹੈ। ਆਪਾਂ ਕੋਈ ਲੈਂਥੀ ਟਾਸਕ BP1 ਅਤੇ BP2 ਵਾਲਾ ਇੱਕ ਦਿਨ ਆਪਾਂ ਪਹਿਲਾਂ ਡਿਸਕਸ ਕੀਤਾ ਸੀ, ਬਟ ਆਉਣ ਵਾਲੇ ਕਲਾਸਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਇਹ ਟਾਸਕ ਛੋਟਾ ਸੀਗਾ, ਠੀਕ ਹੈ, ਇਹਨਾਂ ਆਪਾਂ ਡਾਟਾ ਜਲਦੀ ਕਵਰ ਅਪ ਹੋ ਗਿਆ ਸੀ, ਤਾਂ BP2 ਨਹੀਂ ਹੈਗਾ, ਠੀਕ ਹੈ ਜੀ। ਆਪਾਂ ਓਵਰਆਲ ਡਿਸਕਸ ਕਰਦੇ ਹਾਂ, ਠੀਕ ਹੈ। ਲੁਕਿੰਗ ਫਰੋਮ ਐਨ ਓਵਰਆਲ ਪਰਸਪੈਕਟਿਵ, ਜੇ ਆਪਾਂ ਓਵਰਆਲ ਪਰਸਪੈਕਟਿਵ ਤੋਂ ਵੇਖੀਏ ਤਾਂ ਨਹੀਂ ਬੱਚੇ, ਓਵਰਆਲ ਇਹ ਹੈ ਜਿਹੜਾ ਮੈਂ ਹੁਣ ਡਿਸਕਸ ਕਰਾਉਣ ਲੱਗੀ ਹਾਂ, ਠੀਕ ਹੈ। ਰਾਜਪ੍ਰੀਤ, ਓਵਰਆਲ ਹੁਣ ਆਪਾਂ ਡਿਸਕਸ ਕਰਨ ਲੱਗੇ ਹਾਂ, ਲੁਕਿੰਗ ਫਰੋਮ ਐਂਡ ਓਵਰਆਲ ਪਰਸਪੈਕਟਿਵ, ਓਵਰਆਲ ਪਰਸਪੈਕਟਿਵ ਤੋਂ ਗੱਲ ਕਰੀਏ ਤਾਂ ਇਟ ਇਜ਼ ਰੈਡਲੀ ਅਪੇਰੈਂਟ ਦੈਟ, ਇਹ ਬਿਲਕੁਲ ਕਲੀਅਰ ਹੈ ਕਿ ਜਪਾਨ ਕੰਪਰਾਈਜ਼ ਦ ਲੀਸਟ ਪ੍ਰਪੋਰਸ਼ਨ ਇਨ ਦਾ ਇਨੀਸ਼ੀਅਲ ਪੀਰੀਅਡ। ਇਨੀਸ਼ੀਅਲ ਪੀਰੀਅਡ ਕਿਹੜਾ ਹੋ ਗਿਆ, ਜਦੋਂ ਸਟਾਰਟਿੰਗ ਵਾਲਾ ਪੀਰੀਅਡ ਹੈ, ਸਟਾਰਟਿੰਗ ਵਾਲੇ ਪੀਰੀਅਡ ਦੇ ਵਿੱਚ ਜਪਾਨ ਕੰਪਰਾਈਜ਼ਡ ਮੀਨਸ ਜਪਾਨ ਕੰਟੇਨ ਕਰ ਰਿਹਾ ਸੀ, ਜਪਾਨ ਦੇ ਵਿੱਚ ਇਨਵੋਲਵ ਸੀਗੇ, ਕੌਣ, ਦ ਲੀਸਟ ਪ੍ਰਪੋਰਸ਼ਨ, ਠੀਕ ਹੈ। ਲੀਸਟ ਪ੍ਰਪੋਰਸ਼ਨ ਕਿੰਨਾ ਦਾ, ਓਲਡ ਪੀਪਲ ਦਾ, ਠੀਕ ਹੈ।
ਉਹ ਆਪਾਂ ਦੱਸਤਾ ਪਹਿਲਾਂ ਜਿਹੜਾ ਹੈਗਾ ਸੀ ਜਪਾਨ ਉਹਦੇ ਵਿੱਚ ਸਭ ਤੋਂ ਘੱਟ ਪ੍ਰਪੋਰਸ਼ਨ ਸੀਗਾ ਇੱਥੇ ਇੱਕ ਵਾਰੀ ਮੈਂਸ਼ਨ ਕਰ ਦਿਓ ਪ੍ਰਪੋਰਸ਼ਨ ਕਿਹਦਾ ਹੈ ਪ੍ਰਪੋਰਸ਼ਨ ਆਫ ਓਲਡ ਪੀਪਲ ਇਨ ਦਾ ਇਨੀਸ਼ੀਅਲ ਈਅਰ ਬਟ ਵੁੱਡ ਬੀ ਦ ਡੋਮੀਨੈਂਟ ਕੰਟਰੀ ਐਜ਼ ਪਰ ਦਾ ਐਸਟੀਮੇਸ਼ਨ ਪਰ ਅੰਦਾਜ਼ੇ ਦੇ ਅਕੋਰਡਿੰਗ ਹਿਸਾਬ ਲਾਈਏ ਤਾਂ ਇਹ ਕੀ ਹੋਵੇਗੀ ਡੋਮੀਨੈਂਟ ਕੰਟਰੀ ਹੋਏਗੀ ਠੀਕ ਹੈ ਡੋਮੀਨੈਂਟ ਕੰਟਰੀ ਐਜ਼ ਪਰ ਦਾ ਐਕਸਪੈਕਟੇਸ਼ਨ ਐਸਟੀਮੇਸ਼ਨ ਇਨ 2040 ਆਪਾਂ ਲਿਖ ਦਿੰਦੇ ਹਾਂ 2040 ਦੇ ਵਿੱਚ ਐਕਸਪੈਕਟ ਇਹਦੀ ਐਕਸਪੈਕਟੇਸ਼ਨ ਇਹਦੀ ਉਮੀਦ ਦੇ ਅਕੋਰਡਿੰਗ ਜਪਾਨ ਡੋਮੀਨੈਂਟ ਕੰਟਰੀ ਹੋਏਗਾ ਡੋਮੀਨੈਂਟ ਕੰਟਰੀ ਕੌਣ ਹੋਊਗੀ ਜਿਹੜੀ ਸਭ ਤੋਂ ਭਾਰੀ ਪਊਗੀ ਠੀਕ ਹੈ ਤਾਂ USA ਅਤੇ ਜਪਾਨ ਸੋਰੀ USA ਅਤੇ ਸਵੀਡਨ ਦੇ ਉੱਤੇ ਭਾਰੀ ਕੌਣ ਪੈ ਗਿਆ ਸੀ ਜਪਾਨ ਪੈ ਗਿਆ ਸੀ ਤਾਂ ਆਪਾਂ ਕੀ ਲਿਖਿਆ ਜੇ ਓਵਰਆਲ ਪਰਸਪੈਕਟਿਵ ਤੋਂ ਆਪਾਂ ਗੱਲ ਕਰੀਏ ਤਾਂ ਕੀ ਹੋਇਆ ਓਵਰਆਲ ਪਰਸਪੈਕਟਿਵ ਤੋਂ ਗੱਲ ਕਰੀਏ ਬਿਲਕੁਲ ਕਲੀਅਰ ਹੈ ਕਿ ਜਪਾਨ ਕੰਪਰਾਈਜ਼ ਦਾ ਲੀਸਟ ਪ੍ਰਪੋਰਸ਼ਨ ਇਨ ਦਾ ਇਨੀਸ਼ੀਅਲ ਪੀਰੀਅਡ ਸਟਾਰਟਿੰਗ ਦੇ ਵਿੱਚ ਤਾਂ ਉਹਨੇ ਸਭ ਤੋਂ ਘੱਟ ਜਿਹੜਾ ਉਹਦਾ ਪ੍ਰਪੋਰਸ਼ਨ ਸੀ ਉਹਦੇ ਕੋਲ ਸੀਗਾ ਬਟ ਇਹ ਉਮੀਦ ਕੀਤੀ ਜਾਂਦੀ ਹੈ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਹੀ ਇੱਕ ਡੋਮੀਨੈਂਟ ਕੰਟਰੀ ਹੋਵੇਗਾ ਠੀਕ ਹੈ ਜਪਾਨ ਇੱਕ ਡੋਮੀਨੈਂਟ ਕੰਟਰੀ ਹੋਏਗਾ ਸ਼ੁਰੂ ਸਭ ਤੋਂ ਘੱਟ ਤੋਂ ਹੋ ਕੇ ਸਭ ਤੋਂ ਟੌਪ 'ਤੇ ਪਹੁੰਚ ਜਾਵੇਗਾ ਐਸਟੀਮੇਸ਼ਨ ਦੇ ਅਕੋਰਡਿੰਗ ਅੰਦਾਜ਼ੇ ਦੇ ਅਕੋਰਡਿੰਗ ਠੀਕ ਹੈ ਤਾਂ ਤੁਸੀਂ ਦੇਖ ਲਓ ਇੱਕ ਵਾਰ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਇਹਨੇ ਟਫ ਆਪਾਂ ਕੰਪਲੈਕਸ ਕੋਈ ਵੀ ਸੈਂਟੈਂਸ ਸਟਰਕਚਰ ਯੂਜ਼ ਨਹੀਂ ਕੀਤੀ ਇਹਦੇ ਵਿੱਚ ਆਪਾਂ ਆਫਟਰ ਦੇਖ ਲਿਆ ਸੀ ਹੈਵਿੰਗ ਵੀ ਯੂਜ਼ ਕਰ ਲਿਆ ਸੀਗਾ ਜਿੱਥੇ ਆਪਾਂ ਆਫਟਰ ਯੂਜ਼ ਕੀਤਾ ਉੱਥੇ ਟਰਾਈ ਕਰਿਓ ਬਿਫੋਰ ਨੂੰ ਵੀ ਯੂਜ਼ ਕਰਕੇ ਦੇਖਣ ਦੀ ਕਰਨਾ ਕੁਛ ਨਹੀਂ ਹੈ ਜਸਟ ਆਪੋਜ਼ਿਟ ਕਰਨੇ ਨੇ ਸੈਂਟੈਂਸਿਸ ਬਸ ਧਿਆਨ ਰੱਖਿਓ ਬਾਅਦ ਕੀ ਹੋਇਆ ਪਹਿਲਾਂ ਕੀ ਹੋਇਆ ਉਹ ਚੀਜ਼ ਨੂੰ ਵਧੀਆ ਤਰੀਕੇ ਨਾਲ ਰੀਪ੍ਰਜੈਂਟ ਕਰਨਾ ਆਪਾਂ ਕੀ ਲਿਖਾਂਗੇ ਫੋਰ ਐਗਜ਼ਾਮਪਲ ਉੱਥੇ ਲਿਖਿਆ ਸੀਗਾ ਆਫਟਰ ਫੋਲੋਇੰਗ ਐਨ ਐਸਕਲੇਸ਼ਨ ਇੱਕ ਵਾਧਾ ਫੋਲੋ ਕਰਨ ਤੋਂ ਬਾਅਦ 'ਚ ਠੀਕ ਹੈ ਇਹ ਕੀ ਹੋਇਆ ਠੀਕ ਹੈ ਅੱਗੇ ਆਪਾਂ ਦੱਸ ਦੇਣਾ ਕਿ ਇਹ ਕੀ ਹੋਇਆ ਮੈਂ ਤੁਹਾਨੂੰ ਦੱਸਦੀ ਹਾਂ ਕੀ ਹੋਇਆ ਇਹਦੇ ਨਾਲ ਫਿਰ ਦੇਖੋ ਇੱਥੇ ਸੀ ਨਾ ਆਫਟਰ ਫੋਲੋਇੰਗ ਐਨ ਐਸਕਲੇਸ਼ਨ ਜਪਾਨ ਵੁੱਡ ਬਿਕਮ ਦਾ ਕੰਟਰੀ ਵਿਦ ਮੈਕਸੀਮਮ ਪਾਪੂਲੇਸ਼ਨ ਆਪਾਂ ਕੀ ਲਿਖਾਂਗੇ ਇੱਦਾਂ ਲਿਖਾਂਗੇ ਬਿਫੋਰ ਰੀਚਿੰਗ ਐਟ ਦਾ ਮੈਕਸੀਮਮ ਪਾਪੂਲੇਸ਼ਨ ਇੱਦਾਂ ਕੁਛ ਲਿਖਾਂਗੇ ਆਪਾਂ ਬਿਫੋਰ ਰੀਚਿੰਗ ਐਟ ਦਾ ਮੈਕਸੀਮਮ ਪਾਪੂਲੇਸ਼ਨ ਜਪਾਨ ਨੇ ਕੀ ਕੀਤਾ ਸੀਗਾ ਇੱਕ ਕੰਟੀਨਿਊਸ ਰਾਈਜ਼ ਫੋਲੋ ਕੀਤਾ ਸੀ ਬਿਫੋਰ ਰੀਚਿੰਗ ਐਟ ਦਾ ਮੈਕਸੀਮਮ ਫਿਗਰ ਦ ਜਪਾਨ ਫੋਲੋਡ ਏ ਕੰਟੀਨਿਊਸ ਐਸਕਲੇਸ਼ਨ ਇੱਕ ਐਸਕਲੇਸ਼ਨ ਵਾਧਾ ਫੋਲੋ ਕੀਤਾ ਧਿਆਨ ਰੱਖਿਓ ਆਫਟਰ ਅਤੇ ਬਿਫੋਰ ਇੱਕੋ ਸੈਂਟੈਂਸ ਯੂਜ਼ ਹੋ ਸਕਦੇ ਨੇ ਬਟ ਟ੍ਰੈਂਡ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ ਤੁਸੀਂ ਜੋ ਲਿਖਣਾ ਚਾਹੁੰਦੇ ਹੋ ਬਾਅਦ ਕੀ ਹੋਇਆ ਪਹਿਲਾਂ ਕੀ ਹੋਇਆ ਕਿਹੜੀ ਚੀਜ਼ ਪਹਿਲਾਂ ਹੋਈ ਹੈ ਕਿਹੜੀ ਚੀਜ਼ ਬਾਅਦ 'ਚ ਹੋਈ ਹੈ ਉਹਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡਾ ਸੈਂਟੈਂਸ ਕੀ ਹੋ ਜਾਏਗਾ ਗਲਤ ਹੋ ਜਾਏਗਾ ਰਾਜਪ੍ਰੀਤ ਕੰਪਰਾਈਜ਼ ਦਾ ਮਤਲਬ ਆ ਕੰਟੇਨ ਠੀਕ ਹੈ ਕੰਟੇਨ ਫੋਰ ਐਗਜ਼ਾਮਪਲ ਆਪਾਂ ਬੋਲ ਦਿੰਦੇ ਹਾਂ ਇੱਕ ਆਪਣੇ ਕੋਲ ਬੋਕਸ ਹੈ ਐਸਟੀਮੇਟ ਕਰ ਲਓ ਆਪਣੇ ਕੋਲ ਬੋਕਸ ਹੈ ਉਹ ਪੈਨਸਿਲ ਦਾ ਬੋਕਸ ਹੈ ਆਪਾਂ ਕੀ ਕਹਾਂਗੇ ਦਿਸ ਬੋਕਸ ਕੰਟੇਨਸ 19 ਪੈਨਸਿਲਸ ਜਾਂ 20 ਪੈਨਸਿਲਸ ਠੀਕ ਹੈ ਉੱਥੇ ਆਪਾਂ ਕੀ ਲਿਖ ਦਾਂਗੇ ਦਿਸ ਬੋਕਸ ਕੰਪਰਾਈਜ਼ਡ ਆਫ ਇੰਨੀਆਂ ਪੈਨਸਿਲਸ ਤਾਂ ਉੱਥੇ ਕੰਪਰਾਈਜ਼ ਦਾ ਮਤਲਬ ਕਿਸੇ ਚੀਜ਼ ਨੂੰ ਕੰਟੇਨ ਕਰਨਾ ਕਿਸੇ ਚੀਜ਼ ਨੂੰ ਆਪਦੇ ਵਿੱਚ ਇਨਵੋਲਵ ਕਰਨਾ ਤਾਂ ਜਪਾਨ ਇਨਵੋਲਵ ਕਰ ਰਿਹਾ ਸੀਗਾ ਸਭ ਤੋਂ ਘੱਟ ਪਾਪੂਲੇਸ਼ਨ ਠੀਕ ਹੈ ਸੋ ਜਲਦੀ ਦੱਸੋ ਜੇ ਤੁਹਾਡੇ ਕੋਈ ਡਾਊਟ ਆ ਫਿਰ ਆਪਾਂ ਜਲਦੀ ਜਲਦੀ ਕਲਾਸ ਐਂਡ ਕਰੀਏ ਵੀ ਵਿਲ ਮੀਟ ਵਿਦ ਅ ਨਿਊ ਟਾਸਕ 1 ਜਿੱਦਾਂ ਹਰ ਰੋਜ਼ ਆਪਾਂ ਕਲਾਸ ਅਟੈਂਡ ਕਰਦੇ ਹਾਂ ਤਾਂ ਆਪਾਂ ਅਗਲੀ ਵਾਰ ਮਿਲਦੇ ਹਾਂ ਕਿਸੇ ਨਵੇਂ ਟਾਸਕ ਦੇ ਨਾਲ ਠੀਕ ਹੈ ਵਿਦ ਨਵੀਆਂ ਵਰੀਏਸ਼ਨਸ ਐਂਡ ਪਲੀਜ਼ ਜਿਹੜੇ ਰੂਲਸ ਨੇ ਜਾਂ ਇੰਪਲੀਮੈਂਟੇਸ਼ਨ ਉਹਨਾਂ ਦੀ ਕਰੋਗੇ ਉਹ ਤਾਂ ਹੀ ਤੁਹਾਨੂੰ ਆਉਣਗੇ ਪ੍ਰੈਕਟਿਸ ਕਰਨਾ ਨਾ ਭੁੱਲਿਓ ਆਈ ਟੋਲਡ ਯੂ ਅਰਲੀਅਰ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਪ੍ਰੈਕਟਿਸ ਤੋਂ ਬਿਨਾਂ ਆਪਾਂ ਕਦੇ ਵੀ ਆਪਣੀਆਂ ਗਲਤੀਆਂ ਨੂੰ ਸੁਧਾਰ ਨਹੀਂ ਸਕਦੇ ਠੀਕ ਹੈ ਵਾਰ-ਵਾਰ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੋ ਆਪਣੇ ਆਪ ਠੀਕ ਹੋਣ ਲੱਗ ਜਾਣਗੀਆਂ ਉਹਦਾ ਯੂਜ਼ ਸਮਝੋ ਰਿਸਰਚ ਕਰੋ ਐਨਾਲਾਈਜ਼ ਕਰੋ ਤਾਂ ਹੀ ਤੁਸੀਂ ਆਪਣੀ ਗਲਤੀਆਂ ਕਵਰ ਅਪ ਕਰ ਪਾਓਗੇ ਥੈਂਕ ਯੂ ਸੋ ਮੱਚ ਐਵਰੀਵਨ ਫੋਰ ਅਟੈਂਡਿੰਗ ਦ ਕਲਾਸ ਐਂਡ ਜਿਹੜੇ ਰੈਗੂਲਰ ਅਟੈਂਡ ਕਰਦੇ ਆ ਕਲਾਸ ਉਹਨਾਂ ਲਈ ਵੀ ਥੈਂਕ ਯੂ ਸੋ ਮੱਚ ਐਂਡ ਜਿਹੜੇ ਨਵੇਂ ਕਨੈਕਟ ਹੁੰਦੇ ਆ ਉਹ ਵੀ ਪਲੀਜ਼ ਰੈਗੂਲਰ ਕਲਾਸ ਅਟੈਂਡ ਕਰਿਆ ਕਰੋ ਕਿਉਂਕਿ ਕਲਾਸ ਸਿਰਫ ਤੁਹਾਡੇ ਲਈ ਹੈ ਤੁਹਾਡੇ ਬੈਨੀਫਿਟ ਲਈ ਹੈ ਠੀਕ ਹੈ ਤੁਸੀਂ ਘਰੇ ਬੈਠ ਕੇ ਆਪਣੀ ਕਲਾਸ ਅਟੈਂਡ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਨੁਕਸਾਨ ਨਾ ਹੋਵੇ ਤਾਂ UL ਐਜੂਕੇਸ਼ਨ ਹਰ ਰੋਜ਼ ਕਲਾਸਿਸ ਅਟੈਂਡ ਕਰਦੇ ਨੇ ਕਲਾਸਿਸ ਕੰਡਕਟ ਕਰਦੇ ਨੇ ਤਾਂ ਕਿ ਤੁਹਾਨੂੰ ਈਜ਼ੀ ਤਰੀਕੇ ਦੇ ਨਾਲ ਤੁਸੀਂ ਆਪਣੇ ਬੈਂਡ ਸਕੋਰਸ ਇੰਪਰੂਵ ਕਰ ਪਾਓ ਸਾਰਾ ਦਿਨ ਕਲਾਸਿਸ ਅਟੈਂਡ ਹੁੰਦੀਆਂ PT ਕਲਾਸਿਸ ਅਟੈਂਡ ਹੁੰਦੀਆਂ IELTS ਕਲਾਸਿਸ ਅਟੈਂਡ ਹੁੰਦੀਆਂ ਟਾਸਕ 1 ਟਾਸਕ 2 ਰੀਡਿੰਗ ਕਲਾਸ ਲਈ ਜਾਂਦੀ ਹੈ ਸੋ ਕਲਾਸਿਸ ਅਟੈਂਡ ਕਰਦੇ ਰਿਹਾ ਕਰੋ ਫਿਰ ਹੀ ਤੁਹਾਨੂੰ ਪਤਾ ਲੱਗੇਗਾ ਕਿ ਰੈਗੂਲਰ ਰੂਟੀਨ ਦੇ ਵਿੱਚ ਕੀ ਚੱਲ ਰਿਹਾ ਜੇ ਆਪਾਂ ਇੱਕ ਦਿਨ ਕਲਾਸ ਅਟੈਂਡ ਕਰ ਰਹੇ ਹਾਂ ਦੂਜੇ ਦਿਨ ਨਹੀਂ ਕਰ ਰਹੇ ਤੀਜੇ ਦਿਨ ਕਰ ਰਹੇ ਹਾਂ ਤਾਂ ਉਹ ਤੁਹਾਡਾ ਸਕੈਜੂਲ ਬਿਲਕੁਲ ਖਰਾਬ ਹੋ ਜਾਏਗਾ
रेगुलर रूटीन च रहा करो, अपने जिहड़े भी काम है प्लीज़ या जल्द पहला फिनिश कर लिया करो या बाद च कर लिया करो। क्लास टाइम एक सियाने स्टूडेंट वांगू रेगुलर क्लास अटेंड करो जिन्ने टाइम की भी क्लास है, ताकि तुम्हें की है इंप्रूव कर सको। सो प्लीज़ जो रूल से एक बार दोबारा जो तुम स्क्रीनशॉट नहीं लिया या नोट नहीं किए तो वापस जाके स्क्रीनशॉट ले लो या नोटबुक से नोट कर लो, ताकि तुम रेगुलर जिदा भी तुम लिखो हर रोज़ तो थानू कोई भी प्रॉब्लम ना आए। सो जो थानू डाउट आ प्लीज़ हुणे पूछ लो। ओके राजप्रीत, इट्स माई प्लेजर, थैंक यू सो मच कि तुम आपकी कॉन्ट्रीब्यूशन दिने। प्रिंस कुमार, प्रिंस टाइमिंग फॉर द क्लास इज 3 PM एवरी डे, ठीक है, टास्क 1 and 7 o'clock थानू टास्क 2 की क्लास शुरू होंगी है, दैट इज़ कनैक्टेड बाय मनजोत सर। ये टास्क 1, टास्क 2 एंड रीडिंग क्लास भी कनैक्ट की जाती है, आफ्टर दिस यू विल हैव रीडिंग क्लास। सो जो थोड़े को टाइम हैगा तो प्लीज़ रेगुलर अपने रूटीन के मड्यूल क्लासिस लाया करो एंड तुम डेफिनेटली इंप्रूव करोगे, क्योंकि जो आप एफर्ट्स करते हैं तो वो अपन पे बैक जरूर करते हैं। थैंक यू सो मच, वीडियो में लाइक कर दियो प्लीज़, कमेंट कर दियो जो थोड़ा लगे है कि तुम कुछ यूजफुल सीखे है, असी तो बहुत यूजफुल पढ़ाया है वैसे। सो थैंक यू सो मच, गुड बाय एवरीवन, टेक केयर।